ਲੇਟ ਵੀ ਨਾ ਹੋ ਜਾਂਦੇ, ਫਿਰ ਡੈਡੀ ਨੇ ਦੱਸੇ ਨਹੀਂ ਹੈਗਾ ਨਾਲ ਜਾਣਗੇ ਕਿ ਨਹੀਂ। ਮਰੀ ਜਾਂਦਾ ਪੁੱਤਾ, ਡੈਡੀ ਤਿਆਰ ਹੋ ਜਾਂਦੀ ਆ, ਵਾਲ ਨਹੀਂ ਸੈੱਟ ਆਉਂਦੇ ਗੇ। ਤਾਂ ਸੈੱਟ ਹੋ ਜਾ, ਤਿਆਰ ਕਰਨਾ ਤੇ ਮੈਂ ਨਾ ਕੰਮ ਜਾ ਕੇ ਆਉਣਾ ਥੋੜਾ ਜਿਹਾ। ਕਿੱਥੇ ਚੱਲੇ ਹੋਗੇ? ਕਿਉਂ ਤੇ ਅੱਜ ਤੁਹਾਨੂੰ ਪਤਾ ਨਹੀਂ ਮੇਰੀ ਫੀਸ ਭਰਨੀ ਹੈਗੀ? ਹਾਂ ਰਾਤ ਤੁਸੀਂ ਮੈਨੂੰ ਕਿਹਾ ਵੀ ਸੀ ਹਨਾ। ਤੁਸੀਂ ਤਾਂ ਲੋਕਾਂ ਦੇ ਮਸਲਿਆਂ 'ਚ ਉਲਝਦੇ ਫਿਰਦੇ ਰਹਿੰਦੇ, ਮੈਨੂੰ ਤਾਂ ਤੁਸੀਂ ਭੁੱਲ ਹੀ ਜਾਂਦੇ ਹੋਗੇ। ਉਹ ਲੋਕ ਨਹੀਂ ਹੁੰਦੇ, ਉਹ ਵੀ ਆਪਣਾ ਪਰਿਵਾਰ ਆ, ਉਹਨੂੰ ਵੀ ਆਸ ਹੁੰਦੀ ਹੈ ਵੀ ਸਾਡਾ ਕੋਈ ਨਾ ਕੋਈ ਅੱਜ ਕੰਮ ਕਰਾਊਗਾ। ਹਾਂ ਉਸਨੇ ਕਿਹਾ ਹੈਗਾ, ਤੂੰ ਐਂ ਕਰ, ਆਪਣੇ ਤਾਂ ਘਰ ਦੀ ਗੱਲ ਆ, ਤੂੰ ਤਾਂ ਸਮਝੀ ਹੈਗੀ। ਪੈਸੇ ਪਾਏ ਸੀ, ਫੀਸ ਹੀ ਭਰਨੀ ਹੈ ਨਾ। ਫੀਸ ਤਾਂ ਵੈਸੇ ਵੀ ਚਾਹੀਦੀ ਹੈ ਜੇਬ ਖਰਚ ਨੂੰ। ਆ ਲੈ ਬਹੁਤਾ, ਜਿੰਨੇ ਲੋੜ ਆ ਲਾ ਲੈ, ਦੂਜੇ ਸਾਹਮਣੇ ਫੇਰ ਗਾਹਲੇ ਮਹੀਨੇ ਕੰਮ ਆ ਜਾਣਗੇ। ਹੁਣ ਤਾਂ ਖੁਸ਼ ਹੈ? ਮੰਗਦੇ ਤਾਂ ਨਹੀਂ ਵਾਪਸ? ਉਹ ਨਹੀਂ ਮੰਗਦਾ ਪੁੱਤ, ਚੱਲ ਕੋਈ ਗੱਲ ਨਹੀਂ। ਠੀਕ ਹੈ ਠੀਕ ਹੈ, ਚੱਲ ਤੂੰ ਆ ਕੰਮ ਕਰ। ਆਓ ਠੀਕ ਹੈ ਡੈਡੀ। ਇਹ ਤਾਂ ਹੋ ਗਿਆ ਕੰਮ, ਮੈਂ ਵੀ ਰੈਡੀ ਹੋ ਕੇ ਨਿਕਲਾਂ, ਇੱਕ ਵਾਰ ਮੰਮੀ ਨੂੰ ਕਹਿ ਦਾਂ। ਰੋਟੀ ਖਾਂਦੀ ਨਹੀਂ, ਉੱਥੇ ਜਾ ਕੇ ਕੁਛ ਖਾ ਲਓ। ਤੇਲ ਜਿਹੀ ਬਾਹਲਾ ਪੈ ਗਿਆ, ਉਹ ਤਾਂ ਬਾਹਲਾ ਤੇਲ ਖਾਂਦੀ ਵੀ ਹੈ ਨਹੀਂ, ਸਬਜ਼ੀ ਖਾਂਦੀ ਆ ਉਹ ਖੁਸ਼ ਹੋ ਕੇ ਭਿੰਡੀਆਂ ਦੀ। ਮੰਮੀ ਆ ਜਾ ਪੁੱਤ, ਰੋਟੀ ਖਾ ਲੈ। ਮੰਮੀ ਮੰਮੀ ਚਲੋ ਠੀਕ ਹੈ ਮੈਂ ਚੱਲੀ ਹਾਂ, ਡੈਡੀ ਤੋਂ ਮੈਂ ਪੈਸੇ ਲੈ ਲਏ। ਠੀਕ ਆ ਬੱਚੇ ਰੋਟੀ ਖਾਓ। ਮੰਮੀ ਮੈਨੂੰ ਭੁੱਖ ਨਹੀਂ ਹੈਗੀ, ਦੇਖੀ ਨਾਲੇ ਤੁਹਾਨੂੰ ਪਤਾ ਮੈਂ ਡਾਇਟ ਤੇ, ਮੈਂ ਕਿੰਨੀ ਮੋਟੀ ਹੋ ਗਈ, ਖਵਾ ਖਵਾ ਨਾ ਪਰੌਂਠੇ, ਤੁਸੀਂ ਮੈਨੂੰ ਇੰਨੀ ਮੋਟੀ ਕਰਤਾ। ਅੱਜ ਮੈਂ ਪਰੌਂਠੇ ਨਹੀਂ ਬਣਾਏ ਪੁੱਤ, ਅੱਜ ਤੇਰੇ ਮਨ ਪਸੰਦ ਭਿੰਡੀ ਭਰ ਕੇ ਬਣਾਈ ਹੈ। ਮੰਮੀ ਮੈਂ ਨਹੀਂ ਖਾਣੀ, ਮੈਂ ਉੱਥੋਂ ਖਾ ਲੂੰ ਕਾਲਜ ਦੇ ਵਿੱਚੋਂ ਕੁਛ, ਤੇ ਠੀਕ ਹੈ ਚੰਗਾ ਬਾਏ ਮਾਂ, ਲਵ ਯੂ, ਧਿਆਨ ਰੱਖੀ। ਪਰ ਮੇਰੀ ਗੱਲ ਸੁਣ, ਜੇ ਮੈਂ ਲੇਟ ਹੋ ਗਈ ਫੋਨ ਨਾ ਕਰੀ ਜਾਈ, ਮੈਨੂੰ ਫੋਨ ਬਹੁਤ ਕਰਦੀ ਹੈਗੀ ਇੱਕ ਤਾਂ। ਪੁੱਤ ਮੈਨੂੰ ਤੇਰੀ ਫਿਕਰ ਰਹਿੰਦੀ ਹੈ, ਮੇਰੀ ਲੱਡ ਭੁੱਖੀ ਹੋਊਗੀ, ਘਰੇ ਆ ਕੇ ਰੋਟੀ ਖਾ ਲੂ। ਚੱਲ ਠੀਕ ਹੈ, ਅੱਜ ਨਾ ਮੈਂ ਫਰੈਂਡ ਦੇ ਜਨਮ ਦਿਨ ਤੇ ਜਾਣਾ ਤੇ ਮੈਂ ਲੇਟ ਹੋ ਜਾਊਂਗੀ, ਠੀਕ ਹੈ ਮੈਂ ਤੈਨੂੰ ਪਹਿਲਾਂ ਹੀ ਦੱਸ ਚੱਲੀ ਹਾਂ। ਹੁਣ ਪੁੱਤ ਮੇਰੀ ਗੱਲ ਸੁਣ, ਤਲਿਆ ਫਲਿਆ ਨਾ ਖਾਇਆ ਕਰ, ਧਿਆਨ ਰੱਖਿਆ ਕਰ, ਤੂੰ ਬਿਮਾਰ ਨਾ ਹੋ ਜਾਏਂ ਕਿਤੇ। ਕੋਈ ਨਾ ਆਪਾਂ ਕਿਹੜਾ ਵਿਆਹ ਕਰਾਉਣਾ, ਇੱਥੇ ਹੀ ਰਹਿਣਾ ਆ। ਓਏ ਰਹਿਣਾ ਤਾਂ ਹੈ, ਬਿਮਾਰ ਦਾ ਵਿਆਹ ਨਾਲ ਕੀ ਮਤਲਬ ਹੋਇਆ? ਹੋਰ ਫਿਰ ਤੂੰ ਆਪ ਹੀ ਕਹਿ ਦਿੰਦੀ ਆ, ਮੋਟੀ ਹੋ ਗਈ ਤਾਂ ਰਿਸ਼ਤਾ ਨਹੀਂ ਵਧੀਆ ਹੁੰਦਾ, ਐ ਜੋ ਬੋ, ਤੂੰ ਵੀ ਤੇ ਮੋਟੀ ਆ, ਮੇਰੇ ਡੈਡੀ ਵੀ ਤੇ ਤੈਨੂੰ ਇੰਨਾ ਪਿਆਰ ਕਰਦਾਗਾ। ਪੁੱਤ ਮੇਰੀ ਤੇ ਤੇਰੀ ਡੈਡੀ ਦੀ ਤਾਂ ਗੱਲ ਹੀ ਵੱਖਰੀ ਆ। ਚੱਲ ਠੀਕ ਹੈ ਮਾਂ, ਠੀਕ ਹੈ ਧਿਆਨ ਰੱਖੀ ਆਪਦਾ। ਚੱਲ ਠੀਕ ਹੈ ਮੰਮੀ ਬਾਏ। ਠੀਕ ਹੈ ਧਿਆਨ ਨਾ ਜਾਈ ਪੁੱਤ। ਠੀਕ ਹੈ ਮੰਮੀ ਚੱਲੀ ਜੀ। ਲੈ ਪਤਾ ਨਹੀਂ ਕਦੋਂ ਆਊਗੀ, ਇੰਨੀ ਧੁੱਪ ਪਈ ਆ, ਜੇ ਮੈਨੂੰ ਇੱਥੇ ਕਿਸੇ ਨੇ ਦੇਖ ਲਿਆ ਨਾ ਮੇਰੇ ਕੁੱਟ ਬੜੀ ਪਊਗੀ ਘਰੋਂ, ਇਹਨੇ ਮੈਨੂੰ ਅੱਡ ਫਸਾਇਆ ਪਿਆ। ਆ ਜਾ ਛੇਤੀ, ਸ਼ੁਕਰ ਆ ਗਈ ਭੱਜਿਆ। ਕੀ ਗੱਲ ਆ, ਉਧਰਲੇ ਗੇਟ ਚ ਕੀ ਲੈਣ ਗਈ ਸੀ? ਤੈਨੂੰ ਮੈਂ ਕਿਹਾ ਸੀ ਮਗਰਲੇ ਗੇਟ। ਮੈਨੂੰ ਕਿਹੜਾ ਤੂੰ ਦੱਸਿਆ ਵੀ ਤੂੰ ਇੱਥੇ ਖੜੀ ਹੈਗੀ, ਤੂੰ ਗੱਲ ਕਰ। ਮੇਰੀ ਗੱਲ ਸੁਣ ਲਾ, ਜਦੋਂ ਮੈਂ ਆ ਗਈ ਮੈਨੂੰ ਕਿੱਟ ਵਾਪਸ ਫੜਾ ਕੇ ਜਾਣੀ ਆ, ਤੇ ਮੇਰੀ ਗੱਲ ਸੁਣ, ਜੇ ਮੇਰੀ ਮੰਮੀ ਦੀ ਕਾਲ ਆਈ ਵੀ ਕੰਮੋਂ ਫੋਨ ਨਹੀਂ ਚੱਕਦੀ, ਤੂੰ ਇਹ ਕਹਿ ਦੀ ਕਿ ਲੈਕਚਰ ਲੱਗਿਆ ਹੋਇਆ ਫੋਨ ਬੰਦ ਆ। ਠੀਕ ਹੈ ਠੀਕ ਹੈ, ਸਾਰਾ ਕੁਝ ਮੈਨੂੰ ਪਤਾ, ਮੈਂ ਹੀ ਕਹਿਣਾ, ਮੈਨੂੰ ਹੀ ਫੋਨ ਹੋਣਗੇ, ਤੈਨੂੰ ਦਾਣੇ, ਤੂੰ ਟੈਨਸ਼ਨ ਫ੍ਰੀ ਹੋ ਕੇ ਜਾ, ਤੂੰ ਵੀ ਆਪਦਾ ਬੰਦ ਕਰਕੇ ਰੱਖ ਦੇ, ਪਰ ਬੰਦ ਨਾ ਕਰੀ ਫਿਰ ਸ਼ੱਕ ਕਰੂਗੀ। ਠੀਕ ਹੈ ਮੇਰੀ ਗੱਲ ਸੁਣ, ਸੱਚ ਜੇ ਤੈਨੂੰ ਪੁੱਛਿਆ ਵੀ ਸ਼ਾਮ ਨੂੰ ਕਿਹਦੇ ਬਰਥਡੇ ਤੇ ਜਾਣਾ, ਤੂੰ ਕਹੀਂ ਪਿੰਕੀ ਦੇ ਬਰਥਡੇ ਤੇ ਜਾਣਾ, ਯਾਦ ਰੱਖੀਂ ਸ਼ਾਮ ਨੂੰ ਪਿੰਕੀ ਦੇ ਬਰਥਡੇ ਤੇ ਜਾਣਾ ਪਾਰਟੀ। ਅੱਛਾ ਵੀ ਮੈਂ ਵੀ ਨਾਲ ਜਾਣਾ? ਹਾਂ ਤੂੰ ਵੀ ਨਾਲ ਜਾਣਾ, ਮੈਨੂੰ ਦੱਸਦੀ ਵੀ ਨਹੀਂ ਹੈਗੀ, ਬਿਨਾਂ ਦੱਸੀ ਲੈ ਜਾਂਦੀ ਹੈ ਤੂੰ ਤਾਂ। ਤੇ ਯਾਰ
ਤੈਨੂੰ ਹੁਣ ਦੱਸਦਾ ਨਾ ਮੈਂ ਜਾਣੂ ਬੜੇ ਜਾ ਹੁਣ ਕੋਈ ਚੱਲ ਠੀਕ ਵੀ ਨਾ ਲੱਗੇ ਬਾਈ ਚੰਗਾ ਬਾਈ ਚੰਗਾ ਲੱਖੀ ਟਾਈਮ ਨਾਲ ਆ ਜੀ ਨਾਲੇ ਇਹ ਚ ਖਾਣ ਨੂੰ ਪਾ ਦੀ ਕੁਛ ਪਾ ਦੂੰਗੀ ਖਾਣ ਨੂੰ ਪਹਿਲਾਂ ਰਹਿੰਦੀ ਆ ਮੇਰੀ ਜਾਨ ਸਿਆਪੇ ਚ ਪਾ ਕੇ ਆਪ ਤਾਂ ਚਲੀ ਗਈ ਇਹ ਚੱਲ ਹੁਣ ਮੈਂ ਵੀ ਜਾਵਾਂ ਟਾਈਮ ਵੀ ਬਹੁਤ ਹੋ ਗਿਆ ਵੇਟ ਕਰੀ ਜਾਂਦੇ ਹੋਣਗੇ ਹੋ ਖੜੇ ਨੇਗੇ ਹਾਏ ਗਾਲਾਂ ਪੈਣਗੀਆਂ ਮੇਰੇ ਤਾਂ ਪੱਕਾ ਕਹਿਣਗੇ ਤੈਨੂੰ ਤਾਂ ਟਾਈਮ ਦੀ ਵੀ ਕਦਰ ਨਹੀਂ ਹੈਗੀ ਮੈਂ ਆਉਂਦੀ ਆ ਮੈਨੂੰ ਜਮਾਂ ਟਾਈਮ ਦੀ ਕਦਰ ਹੈ ਨਹੀਂ ਟਾਈਮ ਦੀ ਤਾਂ ਕੀ ਕਦਰ ਕਰਨੀ ਆ ਜਦੋਂ ਮੇਰੀ ਨਹੀਂ ਕਦਰ ਕਰਦੀ ਹੋਏ ਰੱਬਾ ਗਾਲਾਂ ਕੱਢਣਗੇ ਵੀ ਇੱਥੇ ਕੋਈ ਦੇਖ ਨਾ ਲਵੇ ਧੁੱਪੇ ਖੜਾਈ ਖੜੀ ਆ ਕਦੋਂ ਦੀ ਐਂ ਨਹੀਂ ਵੀ ਮੈਂ ਇਹਨੂੰ ਦੱਸ ਦਿਆਂ ਵੀ ਮੈਂ ਉੱਥੋਂ ਬਿਠਾ ਲੈਂਦਾ ਫਿਰ ਇੱਕ ਤਾਂ ਨਾਲੇ ਪਿਆਰ ਕਰਨਾ ਨਾਲੇ ਡਰਨਾ ਉਹਦਾ ਵੀ ਸਰਿਆ ਪਿਆ ਆ ਜਾ ਯਾਰ ਪਤਾ ਕਿੰਨੀ ਵੇਟ ਕਰੀ ਜਾਂਦਾ ਗਾ ਆ ਜਾ ਯਾਰ ਤੁਰ ਪਾ ਬਹੁਤ ਟਾਈਮ ਲਾਤਾ ਤੂੰ ਪਹਿਲਾਂ ਹੀ ਸੌਰੀ ਯਾਰ ਮੈਨੂੰ ਵੀ ਪਤਾ ਟਾਈਮ ਸੌਰੀ ਵਾਲੀ ਕਿਹੜੀ ਗੱਲ ਆ ਗਈ ਕੀ ਗੱਲ ਹੋ ਗਈ ਹੁਣ ਕਦੋਂ ਦਾ ਵੇਟ ਕਰੀ ਜਾਂਦਾ ਯਾਰ ਕਰਮ ਯਾਰ ਮੈਨੂੰ ਨਹੀਂ ਸੀ ਆਈ ਮੈਂ ਉਹਨੂੰ ਬੈਗ ਫੜਾ ਕੇ ਆਈ ਆਪਦਾ ਹੁਣ ਬੁੱਕਸ ਵੀ ਨਾਲ ਚੱਕੀ ਫਿਰਦੀ ਫੋਨ ਦੀ ਬੈਟਰੀ ਲੋ ਸੀ ਆ ਦੇਖ ਲਓ ਹੁਣ ਤਾਂ ਯਕੀਨ ਨਹੀਂ ਹੁੰਦਾ ਕੀ ਦੇਖਾਂ ਸਰ ਗਿਆ ਤੇਰਾ ਤੈਨੂੰ ਮੇਰੀ ਕਦਰ ਕੁਦਰ ਨਾ ਜਮਾ ਹੈ ਨਹੀਂ ਜੀ ਮੈਂ ਦੇਖ ਲਿਆ ਨਾ ਹੋਰ ਕਿਹਨੂੰ ਕਦਰ ਹੈਗੀ ਜੇ ਮੈਨੂੰ ਨਹੀਂ ਹੈਗੀ ਯਾਰ ਮੈਨੂੰ ਕੀ ਪਤਾ ਤੈਨੂੰ ਕਿਹਦੀ ਕਦਰ ਆ ਗਈ ਉਹ ਫਿਰ ਬੱਤੋ ਪੈਣੀ ਹੈਗੀ ਇੱਕ ਆਈ ਤੁਰ ਕੇ ਆਗੀ ਲੜਾਈ ਕਰੀ ਜਾਣੀ ਹੈ ਕਿ ਠੰਡਾ ਹੁੰਦਾ ਪਿਆਉਂਗੇ ਫੜ ਫੋਨ ਮੈਂ ਤਾਂ ਬੜੂਆ ਪਰ ਘਰੇ ਭੁੱਲ ਆਇਆ ਪਰਸ ਹਾਏ ਰੱਬਾ ਚੱਲ ਠੀਕ ਹੈ ਮੈਂ ਗੂਗਲ ਪੇ ਕਰ ਦੂੰ ਚੱਲ ਪੈਸੇ ਹੈਗੇ ਆ ਕੋਲੇ ਹੈਗੇ ਨਹੀਂ ਉਹਦਾ ਮੇਰਾ ਦਿਮਾਗ ਐ ਖਰਾਬ ਹੋ ਗਿਆ ਉਧਰੋਂ ਬੁਲਟ ਚ ਤੇਲ ਹੈ ਨਹੀਂਗਾ ਚਲੋ ਕੋਈ ਨਾ ਬੈਠ ਕੇ ਗੱਲ ਕਰਦੇ ਆਂ ਵਧੀਆ ਜਿਹਾ ਰੈਸਟੋਰੈਂਟ ਤੇ ਲੈ ਚੱਲਿਓ ਗਰਮੀ ਪਤਾ ਕਿੰਨੀ ਹੋ ਰਹੀ ਆ ਯਾਰ ਗਰਮੀ ਦਾ ਪਤਾ ਮੈਨੂੰ ਤਾਂ ਹੀ ਤਾਂ ਤੂੰ ਨਹੀਂ ਕਦਰ ਕਰਦੀ ਮੇਰੀ ਮੈਨੂੰ ਖੜਾਈ ਖੜੀ ਆਂਗੀ ਕਿੰਨੀ ਕੁ ਦੂਰ ਆ ਤੁਹਾਡੇ ਪਿੰਡ ਪੁੰਡ ਦੇ ਤਾਂ ਨਹੀਂ ਆ ਸੋਣਾ ਤੁਹਾਡੇ ਪਿੰਡ ਪੁੰਡ ਦੇ ਤਾਂ ਨਹੀਂ ਚੱਲ ਹੋਰ ਨਾ 70 ਰੁਪਏ ਜਾਣ ਗਿਆ ਬਸ ਨਹੀਂ ਹੋਰ ਕੀ ਖਾਣਾ ਪੈਸੇ ਹੈਗੇ ਆ ਮੇਰੇ ਡੈਡੀ ਨੇ ਏਦਾਂ ਨੀ ਵਿਆਹ ਕਰਨਾ ਹੈਗਾ ਜਿਵੇਂ ਤੁਸੀਂ ਕਹੀ ਜਾਂਦੇ ਹੋ ਯਾਰ ਕਰ ਦੇਣਗੇ ਜਦੋਂ ਤੂੰ ਹੀ ਮਨਾ ਕਰ ਰਹੀ ਜਾਂਦੀ ਆ ਉਹ ਕਿਵੇਂ ਮੰਨਣਗੇ ਉਹੀ ਮਨਾਉਣਾ ਉਹਨਾਂ ਨੂੰ ਚੱਲ ਠੀਕ ਹੈ ਮੈਨੂੰ ਠੰਡਾ ਹੁੰਦਾ ਤਾਂ ਪਿਆ ਦੋ ਹਨਾ ਪੈਸੇ ਮੈਂ ਦੇ ਦੂੰਗੀ ਚੱਲ ਕਹਿ ਦੇਣਾ ਬਾਈ ਇੱਕ ਠੰਡਾ ਭੇਜਿਓ ਹਾਂਜੀ ਵੀਰੇ ਕੀ ਚਾਹੀਦਾ ਹਾਂਜੀ ਹਾਂਜੀ ਇੱਕ ਕੋਕ ਚਾਹੀਦਾ ਸੀ ਕਿੰਨੇ ਵਾਲਾ ਵੀਰੇ 40 ਵਾਲਾ 40 ਵਾਲਾ ਹਾਂ ਦੇ ਦਿੰਨੇ ਵੀਰੇ ਐ ਕਰ ਇੱਥੋਂ ਕੱਲਾ ਕੋਕ ਬਾਕੀ ਜਿਹੜਾ ਖਾਣਾ ਪੀਣਾ ਨਾ ਉਹ ਫਿਰ ਆਪਾਂ ਕਿਤੇ ਹੋਰ ਖਾ ਲਾਂਗੇ ਹਲੇ ਨਾ ਭੁੱਖ ਹੈ ਨਹੀਂ ਬਣਾਉਂਦੇ ਇਹ ਵੀ ਬਹੁਤ ਵਧੀਆ ਹੈਗਾ ਹੱਦ ਹੋ ਗਈ ਆ ਅੱਗੇ ਭੁੱਖ ਹੈ ਨਹੀਂਗੀ ਐਡੀ ਦੂਰ ਚੱਲ ਕੇ ਵੀ ਆਏ ਆ ਕੋਈ ਖਾਣਾ ਨਹੀਂ ਪੀਣਾ ਨਹੀਂ ਬਾਲਿਆਂ ਨਹੀਂ ਪਤਾ ਕਿੰਨੀ ਦੂਰ ਪੈਂਦਾ ਗਾ ਯਾਰ ਕੋਕ ਪੀ ਲੈ ਪਹਿਲਾਂ ਥੈਂਕ ਯੂ ਵੀਰੇ ਨਾਲੇ ਮੇਰੀ ਗੱਲ ਸੁਣ
ਤੁਹਾਨੂੰ ਮੈਂ ਨਸ ਕਹਿ ਦਿੰਦਾ ਹਰ ਰੋਜ਼ ਪਹਿਲਾਂ ਥੈਂਕ ਯੂ ਬਾਈ ਕੀ ਕਹਿੰਦੇ ਹੋ ਹੁਣ ਬਾਰ ਬਾਰ ਪੁੱਛਣਾ ਮੈਥੋਂ ਇੱਥੇ ਪੁੱਛਣਾ ਵੀ ਇਹ ਸੁਣ ਲੈਣ ਬਾਰੇ ਨਾ ਦੱਸ ਦੋਗੇ ਫਿਰ ਕੀ ਹੋਜੂ ਮੇਰਾ ਇੱਕ ਤਾਂ ਪੜ੍ਹਾਈ ਦੇ ਧਿਆਨ ਆ ਤੁਸੀਂ ਤਾਂ ਕੁਛ ਨਹੀਂ ਕਰਨਾ ਨਾ ਮੈਨੂੰ ਪੜ੍ਹਨ ਦਿੰਦੇ ਹੋ ਜੋਬ ਮੈਨੂੰ ਕੋਈ ਫੇਰ ਹੀ ਮਿਲੂ ਜਿਵੇਂ ਮੈਂ ਪੜ੍ਹੂੰਗੀ ਘਰੇ ਗੱਲ ਗੁੱਲ ਕੀਤੀ ਆ ਹੁਣ ਤੂੰ ਮੈਂ ਗੱਲ ਨਹੀਂ ਕਰਨੀ ਘਰੇ ਪਹਿਲਾਂ ਕੋਈ ਕੰਮ ਧੰਦਾ ਭਾਲ ਮੇਰੇ ਡੈਡੀ ਸਰਪੰਚ ਨੇਗੇ ਅਗਲੇ ਕਹਿਣਗੇ ਕੀ ਕਰਦਾ ਗਾ ਮੁੰਡਾ ਮੈਂ ਇਹ ਕਹਿ ਦੂੰਗੀ ਨੰਗ ਮਲਾਂਗੀ ਤੁਰਿਆ ਫਿਰਦਾ ਗਾ ਯਾਰ ਜ਼ਰੂਰੀ ਤਾਂ ਨਹੀਂ ਹੈਗਾ ਵੀ ਕੰਮ ਕਾਰ ਵਾਲਿਆਂ ਨੂੰ ਰਿਸ਼ਤੇ ਹੁੰਦੇ ਆ ਯਾਰ ਮਾੜਾ ਮੋਟਾ ਤਾਂ ਸਮਝਣ ਦੀ ਕੋਸ਼ਿਸ਼ ਕਰ ਜਿਨ੍ਹਾਂ ਨੇ ਤੇਰੇ ਮਗਰ ਧੀ ਲਾਉਣੀ ਆ ਕੰਮ ਕਾਰ ਤਾਂ ਦੇਖਣਗੇ ਨਾ ਕਹਿ ਦੀ ਯਾਰ ਕੁਝ ਵੀ ਕੋਈ ਜੋਬ ਕਰਦਾ ਗਾ ਕਿਹੜਾ ਘਰਦਿਆਂ ਨੂੰ ਦੱਸਣਾ ਜ਼ਰੂਰੀ ਆ ਵੀ ਵਿਹਲਾ ਗਾ ਹਾਲੇ ਕੋਈ ਗੱਲ ਨਹੀਂ ਇਹਨੇ ਕੰਮ ਕਾਰ ਲੱਭ ਲਾਂਗੇ ਮੈਰਿਜ ਤੋਂ ਬਾਅਦ ਉਹ ਤਾਂ ਮੈਂ ਗੱਲ ਤੁਹਾਡੀ ਮੰਨਦੀ ਹੈਗੀ ਪਰ ਫਿਰ ਵੀ ਤੁਸੀਂ ਇਹ ਤਾਂ ਸੋਚੋ ਮੈਂ ਕੀ ਕਹਿ ਕੇ ਗੱਲ ਕਰੂੰਗੀ ਪਤਾ ਡੈਡੀ ਕਹਿਣਗੇ ਤੇਰੀਆਂ ਫੀਸਾਂ ਮੈਂ ਐਵੇਂ ਕੋਲੋਂ ਭਰਦਾ ਡੈਡੀ ਦੇ ਵੱਡੇ ਵੱਡੇ ਸੁਪਨੇ ਨੇਗੇ ਯਾਰ ਸੁਪਨੇ ਤਾਂ ਹੈਗੇ ਆ ਨਾਲੇ ਨਾ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਬਸ ਇੱਥੋਂ ਆਪਾਂ ਬਾਹਰ ਚੱਲਦੇ ਹਾਂ ਫਿਰ ਕਰਦੇ ਹਾਂ ਗੱਲ ਜ਼ਰੂਰੀ ਗੱਲ ਕੀ ਕਰਨੀ ਆ ਇੱਥੇ ਦੱਸ ਦਿਓ ਮੈਨੂੰ ਯਾਰ ਕੋਈ ਹੁੰਦੀ ਆ ਆਪਣੀ ਪਰਸਨਲ ਆ ਦੋਨਾਂ ਦੀ ਪਰਸਨਲ ਤਾਂ ਹੈਗੀ ਆ ਮੇਰੀ ਗੱਲ ਸੁਣੋ ਮੈਨੂੰ ਨਾ ਇੱਧਰ ਆ ਵੀਰਾ ਬੈਠਾ ਇਹਨਾਂ ਦੇ ਸਾਹਮਣੇ ਹੀ ਕਰ ਲਾ ਮੈਂ ਗੱਲ ਉਹ ਨਹੀਂ ਪਤਾ ਤੇਰੇ ਬਾਪੂ ਦਾ ਤਾਂ ਮਗਰ ਲਈ ਬੈਠਾ ਹੋਵੇ ਕਿਸੇ ਨੂੰ ਉਹ ਤਾਂ ਮੈਂ ਸਮਝਦੀ ਹੈਗੀ ਪਰ ਤੁਸੀਂ ਇਹ ਤਾਂ ਸੋਚੋ ਮੈਂ ਘਰਦਿਆਂ ਨੂੰ ਕਿਵੇਂ ਕਹੂੰਗੀ ਡੈਡੀ ਨੇ ਪਤਾ ਅੱਜ ਹੀ ਮੈਨੂੰ 20,000 ਰੁਪਏ ਦਿੱਤਾ ਫੀਸ ਚੱਲ ਠੀਕ ਆ ਸਾਰ ਲਾ ਮੇਰੇ ਬਿਨਾ ਯਾਰ ਤੈਨੂੰ ਆਈ ਕਿਉਂ ਲੱਗਦਾ ਕਿ ਮੈਂ ਤੈਨੂੰ ਪਿਆਰ ਨਹੀਂ ਕਰਦੀ ਹੈਗੀ ਯਾਰ ਤੈਨੂੰ ਤਾਂ ਪੜ੍ਹਾਈ ਡੈਡੀ ਮੰਮੀ ਚਾਹੀਦੇ ਆ ਮੈਂ ਨਹੀਂ ਚਾਹੀਦਾ ਠੀਕ ਹੈ ਨਾ ਚੱਲ ਸੌਰੀ ਬਸ ਜਿਵੇਂ ਤੁਸੀਂ ਕਹੋਗੇ ਮੰਮੀ ਤੋਂ ਪਰ ਗੁੱਸੇ ਨਾ ਹੋਇਆ ਕਰੋ ਚੱਲ ਠੀਕ ਆ ਤੇਰੇ ਨਾਲ ਨਾ ਮੈਂ ਜ਼ਰੂਰੀ ਗੱਲ ਕਰਨੀ ਆ ਕਿ ਮੈਂ ਤੈਨੂੰ ਵਾਰ ਵਾਰ ਕਹੀ ਜਾਂਦਾ ਮੇਰੇ ਲਈ ਉੱਥੇ ਰੁਕਣਾ ਪਊਗਾ ਬਟ ਉਹਦੀ ਹੀ ਤੈਨੂੰ ਬੱਸ ਸਟੈਂਡ ਤੋਂ ਮੈਂ ਬੱਸ ਤੇ ਚੜਾਉਂਗਾ ਕੈਟ ਜੀ ਨਾਲੇ ਤੇਰੀ ਕਿੱਥੇ ਹੈਗੀ ਦੱਸੀ ਦੇ ਜਾਂਦੀ ਆ ਮੰਨੂ ਕੋਲੇ ਹੈਗੀ ਉਹ ਘਰੇ ਲੈ ਜੂਗੀ ਵੀ ਭਾਈ ਮਾਰਤਾ ਸੀ ਕੋਈ ਘਰੇ ਬਹਾਨਾ ਬਹੁਨਾ ਮੈਂ ਤਾਂ ਕਹਿ ਕੇ ਆਈ ਆ ਮੈਂ ਕਿਹਾ ਮੇਰੀ ਫਰੈਂਡ ਦਾ ਅੱਜ ਬਰਥਡੇ ਆ ਮੈਂ ਕਿਹਾ ਮੈਂ ਲੇਟ ਆਉਂਗੀ ਬਸ ਠੀਕ ਆ ਆਪ ਹੀ ਤਾਂ ਫੋਨ ਤੇ ਮੈਨੂੰ ਕਹੀ ਜਾਂਦੇ ਰਹਿੰਦੇ ਹੋਗੇ ਤੂੰ ਹਰ ਰੋਜ਼ ਝੂਠ ਬੁਲਾਉਂਦੇ ਕਿਤੇ ਮੈਂ ਫਸ ਗਈ ਮੇਰੀ ਖੈਰ ਨਹੀਂ ਮੰਨੂ ਨੂੰ ਫੋਨ ਕਰ ਦੂੰ ਠੀਕ ਹੈ ਨਾ ਮੰਨੂ ਨੂੰ ਤੂੰ ਹੀ ਕਹਿ ਦੇ ਮਾੜਾ ਜਿਹਾ ਫਿਰ ਕਹੋਗੇ ਯਾਰ ਮੈਂ ਨਹੀਂ ਕਹਿੰਦਾ ਮੰਨੂ ਨੂੰ ਹਰ ਪਾਸੇ ਤੁਸੀਂ ਨਿਕਲ ਜਾਂਦੇ ਹੋ ਮੈਨੂੰ ਤਾਂ ਸ਼ਾਮ ਨੂੰ ਵੀ ਕੰਮ ਆਗਾ ਫਿਰ ਮੈਂ ਤਾਂ ਸ਼ਾਮ ਨੂੰ ਉਹ ਮੈਂ ਤੁਹਾਨੂੰ ਦੱਸ ਦੂੰਗਾ ਜਾਂਦਾ ਹੋਇਆ ਸਮਝਾ ਦੂੰਗਾ ਚੱਲੀਏ ਹੁਣ ਆਪਾਂ ਚੱਲ ਠੀਕ ਹੈ ਮੈਂ ਆਪ ਹੀ ਤਾਂ ਲਵਾਂ ਗੂਗਲ ਪੇ ਤੁਸੀਂ ਕਰੋ ਭਰਿਆ ਉਹ ਫਿਰ ਐਂ ਕਹਿਣਗੇ ਕੁੜੀ ਦਾ ਉਹ ਹੈਗਾ ਉਹ ਕੋਈ ਗੱਲ ਨਹੀਂ ਕੁੜੀ ਦਾ ਕੀ ਅਗਲੇ ਨੂੰ ਕਿਹੜਾ ਪਤਾ ਹੈਗਾ ਮੈਨੂੰ ਤੁਰੇ ਫਿਰਦੇ ਹੈਗੇ ਸੋਲਾਂ 17 ਕੋਡ ਪੇ ਕਰ ਦਿਓ ਕੋਈ ਗੱਲ ਨਹੀਂ ਕਰ ਦੂੰਗਾ ਹਾਂਜੀ ਆ ਜਾ ਚੱਲੀਏ ਚੱਲ ਐਂ ਕਰ ਬਾਹਰ ਤਾਂ ਗਰਮੀ ਬੜੀ ਆ ਹਨਾ ਗਰਮੀ ਤਾਂ ਹੈਗੀ ਆ ਤੀਨ ਪਵਾ ਦੇ ਮੈਨੂੰ ਬੁਲਟ ਚੌਥਾ 500 ਦੀ ਪਵਾ ਦੀ ਇਕੱਠਾ 500 ਦਾ ਯਾਰ ਫੀਸ ਭਰਨੀ ਆ ਘੱਟ ਭਰਦੀ ਯਾਰ ਨਾ ਡੈਡੀ ਕਹਿਣਗੇ ਫਿਰ ਸਾਰੇ ਤੂੰ ਕਿੱਥੇ ਖਰਚ ਤੇ ਖਰਚੇ ਮੇਰੇ ਸਿਰ ਹੁੰਦੇ ਨੇਗੇ ਡੈਡੀ ਨੂੰ ਕਿਹੜਾ ਤੂੰ ਦੱਸਣਾਗਾ ਚਲੋ ਠੀਕ ਆ 500 ਦਾ ਪਵਾ ਲਿਓ ਫਿਰ ਬਾਕੀ ਨੂੰ ਮੰਗੋਗੇ ਆਪ ਫਿਰ 500 ਹੀ ਚਾਹੀਦਾ ਯਾਰ 1000 ਰੁਪਏ ਕਿੱਡੀ ਕੁ ਗੱਲ ਆਗਾ ਪਿਆਰ ਨਾਲੋਂ ਚੰਗਾ ਹੁੰਦਾ 1000 ਰੁਪਏ ਚਲੋ ਠੀਕ ਆ ਇੱਥੇ ਰੋਕ ਲਈਏ ਸਮੇਂ ਜੇ ਉੱਥੇ ਰੋਕਣਾ ਪਤਾ ਮੇਰੇ ਲੈਕਚਰ ਦਾ ਟਾਈਮ ਵੀ ਲੰਘ ਗਿਆ
ਲੈਕਚਰ ਦਾ ਟਾਈਮ ਤਾਂ ਚੱਲ ਕੋਈ ਨਾ, ਟਾਈਮ ਦੇਖ ਬਸ ਜੀ ਕਿੰਨੇ ਵਜੇ ਆਊ ਤੇਰੀ। ਹਜੇ ਤਾਂ 20 ਮਿੰਟ ਪਿਆ, ਮੈਨੂੰ ਵੀ ਵੇਟ ਕਰਦੀ ਹੋਣੀ ਹੈਗੀ, ਹਾਲੇ ਤੱਕ ਨਹੀਂ ਆਈ। ਮੇਰੀ ਗੱਲ ਸੁਣੋ, ਪਹਿਲਾਂ ਤਾਂ ਨਾ ਇੱਥੇ ਬੈਠੋ ਆ ਕੇ ਮੇਰੀ ਗੱਲ ਸੁਣੋ। ਅੱਧਾ ਘੰਟਾ ਹੋ ਗਿਆ ਮੈਨੂੰ ਗੱਲ ਪੁੱਛੀ ਜਾਂਦੀ ਨੂੰ, ਨਾ ਤੁਸੀਂ ਮੈਨੂੰ ਦੱਸਦੇ ਹੋ ਨਾ ਵਾਸਤਾ, ਪਤਾ ਨਹੀਂ ਕੀ ਗੱਲ ਹੈਗੀ। ਤੂੰ ਕਿਹੜਾ ਹਾਂ ਕਰਨੀ ਆ ਯਾਰ, ਗੱਲ ਤਾਂ ਦੱਸੋ, ਕਿਉਂ ਬਜ਼ਾਰਤਾਂ ਜੀ ਪਾਈ ਜਾਂਦੇ ਹੋਗੇ? ਹੁਣ ਵਾਲੇ ਮੇਰਾ ਟਾਈਮ ਹੋ ਗਿਆ, ਮੈਨੂੰ ਚਿੰਤਾ ਲੱਗੀ ਰਹੂ, ਪਤਾ ਨਹੀਂ ਕੀ ਗੱਲ ਸੀਗੀ। ਬਜ਼ਾਰਤਾਂ ਵੀ ਤੂੰ ਕੁਛ ਨਹੀਂ, ਮੈਂ ਰਾਤ ਨੂੰ ਮਿਲਣ ਆਉਂਦਾ। ਹਾਏ ਰੱਬਾ, ਹੱਥ ਕਰੀ ਜਾਂਦੇ ਹੋਗੇ, ਦਿਮਾਗ ਖਰਾਬ ਹੋ ਗਿਆ। ਇਹੀ ਤਾਂ ਗੱਲ ਆ, ਇਹ ਕੋਈ ਪਿਆਰ ਤਾਂ ਮੈਂ ਤਲਾਰਾ ਲਾ ਦਿੰਦੀ ਹੈਗੀ। ਮੈਂ ਤੁਸੀਂ ਮੈਂਟਲ ਹੋ ਗਏ, ਇੱਕ ਵਾਰੀ ਆਪਣਾ ਵਿਆਹ ਹੋ ਜਾਏ ਬਸ, ਸਾਰੀ ਉਮਰ ਲਈ ਮੈਂ ਤੇਰੂ ਹੀ ਹੈਗੀ, ਕਿਉਂ ਐਂ ਜੇ ਕਰਦਾ ਹੁੰਦਾ ਗਾ ਯਾਰ। ਮੈਂ ਤਾਂ ਐਵੇਂ ਕਰੂੰਗਾ, ਠੀਕ ਆ, ਕਰਨੀ ਹਾਂ ਕਰ ਦੇ, ਨਹੀਂ ਬਸ ਮੈਨੂੰ ਭੁੱਲ ਜਾ, ਮੈਂ ਚੱਲਦਾ, ਤੇਰੇ ਰਸਤੇ ਅਲੱਗ ਆ ਤੇ ਮੇਰੇ ਅਲੱਗ ਆ। ਦੇਖੀ ਐਂ ਨਾ ਕਰਿਆ ਕਰ, ਤੈਨੂੰ ਪਤਾ ਮੇਰੀ ਰਾਤ ਕਿਵੇਂ ਲੰਘੂਗੀ, ਹਜੇ ਮੇਰਾ ਕਾਲਜ 'ਚ ਨਹੀਂ ਦਿਲ ਲੱਗਣਾ ਹੈਗਾ ਗਾ, ਟੈਨਸ਼ਨ ਨਾ ਪਾਇਆ ਕਰ ਮੇਰੀ। ਯਾਰ ਤੇਰਾ ਤਾਂ ਲੱਗ ਹੀ ਜਾਣਾ, ਤੂੰ ਤਾਂ ਬਸ ਸਾਰਾ ਦਿਨ ਮੰਮੀ ਡੈਡੀ ਮੰਮੀ ਡੈਡੀ ਮੰਮੀ ਡੈਡੀ, ਇੱਕ ਗੱਲ ਕਰਕੇ ਤੇਰਾ ਤਾਂ ਲੰਘ ਜਾਣਾ, ਮੇਰਾ ਔਖਾ ਹੋ ਜਾਣਾ, ਤੈਨੂੰ ਤਾਂ ਹੋਰ ਬਥੇਰੇ ਮਿਲ ਜਾਣੇ, ਨਾਲੇ ਚੰਗੇ ਚੰਗੇ ਮਿਲਣਗੇ ਮੇਰੇ। ਬਸ ਕਰੋ, ਆਹ ਗੁੱਸੇ ਵਾਲਾ ਫੇਸ ਨਾ ਬਣਾਓ, ਆਸੇ ਪਾਸੇ ਲੋਕ ਖੜੇ ਨੇਗੇ। ਯਾਰ ਬਣਾਉਣਾ ਪੈਣਾ ਹੀ ਆ ਫਿਰ ਮੈਨੂੰ, ਜਦ ਤੂੰ ਹਾਂ ਹੀ ਨਹੀਂ ਕਰਦੀ। ਮੈਂ ਜਾਵਾਂ ਜਾਂ ਹਾਂ ਕਰਨੀ ਆ? ਚਲੋ ਕੋਈ ਨਾ, ਮੈਂ ਫੋਨ ਤੇ ਦੱਸੂਗੀ ਤੈਨੂੰ। ਫੋਨ ਫੋਨ ਤੇ ਨਹੀਂ, ਕੱਲ ਮਿਲਦੇ ਆਪਾਂ ਫਿਰ। ਨਾ ਕੱਲ ਕੁਲ ਨਹੀਂ, ਮੈਂ ਸ਼ਾਮ ਨੂੰ ਆਉਣਾ ਤੁਹਾਡੇ ਘਰ। ਸਮਝ ਵੀ ਲਈ ਦੀ ਕੱਲ ਨੂੰ। ਚੱਲ ਠੀਕ ਆ, ਕੱਲ ਦੱਸ ਦੂੰਗਾ ਮੈਂ। ਕੋਈ ਗੱਲ ਨਹੀਂ, ਚੱਲ ਠੀਕ ਆ। ਹੱਥ ਨਹੀਂ ਮਿਲਾਉਣਾ, ਇੰਨਾ ਗੁੱਸਾ ਯਾਰ ਮੈਨੂੰ ਨਹੀਂ ਪਤਾ, ਠੀਕ ਆ ਨਾ। ਚੱਲ ਜੀ ਆਉਂਦਾ ਬਸ, ਵੇਟ ਨਹੀਂ ਕਰਦੇ ਯਾਰ? ਮੈਂ ਮੇਰੇ ਤੋਂ ਨਹੀਂ ਹੁੰਦੀ, ਮੈਂ ਵੇਟ ਹੀ ਕਰਦਾ ਵਾਂ ਰਿਹਾ ਅੱਜ ਤੱਕ। ਮੈਂ ਮੰਨੂ ਨੂੰ ਫੋਨ ਲਾ ਹੀ ਦੇਵਾਂ, ਇੱਕ ਦਿਨ ਹੀ ਕਿਹੜਾ ਫੋਨ ਚੱਕ ਲੈਣਾ ਗਾ। ਹੈਲੋ ਮੰਨੂ, ਸ਼ੁਕਰ ਹੈ ਤੂੰ ਫੋਨ ਚੱਕ ਲਿਆ, ਤੇਰਾ ਫੋਨ ਨਹੀਂ ਲੱਗਦਾ ਪਿਆ, ਕਿੱਥੇ ਬਿਜ਼ੀ ਆ ਯਾਰ? ਘਰੇ ਆ, ਹੋਰ ਦੱਸ ਮੈਂ ਕਿੱਥੇ ਹੋਣਾ, ਕੀ ਹੋ ਗਿਆ? ਮੇਰੀ ਗੱਲ ਸੁਣ, ਮੈਨੂੰ ਕਿੱਟ ਫੜਾ ਕੇ ਜਾ, ਤੂੰ ਤਾਂ ਅੱਜ ਛੁੱਟੀ ਮਾਰਨੀ ਆ ਮੈਨੂੰ ਪਤਾ, ਮੈਂ ਤੁਹਾਡੇ ਅੱਡੇ ਤੇ ਖੜੀ ਹੈਗੀ ਇੱਥੇ। ਓ ਯਾਰ ਮੰਮੀ ਕੁਮਾਰ ਆ, ਹੁਣ ਮੈਂ ਦੱਸ ਕਿਵੇਂ ਆ, ਮੈਂ ਕਦੇ ਟਾਈਮ ਵੀ ਨਹੀਂ ਹੋਇਆ ਹੈਗਾ, ਨਾ ਮੈਂ ਕਾਲਜ ਦਾ ਬਹਾਨਾ ਲਾਉਣ ਜੋਗੀ। ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਬਹਾਨਾ ਮਾਰ, ਮੇਰੀ ਕਿੱਟ ਫੜਾ ਕੇ ਜਾ, ਮੈਂ ਬੱਸ ਚੜਨਾਗਾ, ਕਾਲਜ ਜਾਣਾ ਮੈਂ। ਯਾਰ ਮੇਰੇ ਗਾਲ 'ਚ ਮਰਿਆ ਸੱਪ ਪਾਈ ਫਿਰਦੀ ਆ, ਹੁਣ ਮੈਨੂੰ ਪਤਾ ਨਹੀਂ ਕਿਵੇਂ ਕਿਵੇਂ ਆਣਾ ਪੈਣਾ ਬਹਾਨਾ ਬੁਹਾਨਾ ਲਾ ਕੇ। ਮਰਿਆ ਆਪ ਰੱਖ ਪਾ, ਮੈਂ ਜਿਉਂਦਾ ਸੱਪ ਰੱਖ, ਮੈਨੂੰ ਨਹੀਂ ਪਤਾ, ਫਿਰ ਮੇਰੀ ਸਹੇਲੀ ਨਹੀਂ ਹੈਗੀ। ਹੈਗੀ ਆ ਯਾਰ, ਫਰੈਂਡ ਆ ਤਾਂ ਹੀ ਤਾਂ ਮੈਨੂੰ ਇੰਨਾ ਕੁਛ ਕਰਨਾ ਪੈ ਰਿਹਾ, ਪਰ ਮੇਰੀ ਇੱਕ ਗੱਲ ਸੁਣ ਲਾ, ਕਿਸੇ ਤੋਂ ਆਪ ਤਾਂ ਮਰੇਂਗੀ ਨਾਲ, ਮੈਨੂੰ ਵੀ ਮਰਵਾਏਂਗੀ। ਨਹੀਂ ਮਰਦੀ ਕੋਈ ਨਾ, ਦੋ ਗਾਲਾਂ ਖਾ ਲੈ ਮੇਰੇ ਵਾਸਤੇ ਘਰੋਂ ਤੇ ਆ ਜਾ, ਮੈਨੂੰ ਫੜਾ ਕੇ ਜਾ ਕੇ। ਠੀਕ ਆ, ਆਉਂਦੀ ਆ, ਆ ਜਾ 2 ਮਿੰਟ 'ਚ, ਬਸ ਆਉਣ ਵਾਲੀ ਆ। ਆ ਗਈ ਆ ਗਈ। ਹਾਂ ਪਤਾ ਨਹੀਂ ਕਦੋਂ ਕਾਊਗੀ। ਲੈ ਉਹ ਖੜੀ ਆ, ਜੇ ਮੈਨੂੰ ਇੱਥੇ ਕਿਸੇ ਨੇ ਦੇਖ ਲਿਆ ਨਾ, ਮੇਰੇ ਵੀ ਜੁੰਡੇ ਪਟਾਊਗੀ। ਲੈ ਕੀ ਆ, ਤਾਂ ਵੀ ਸਰਿਆ ਹੀ ਪਿਆ ਜਮਾ ਹੀ। ਮੈਨੂੰ ਤੇਰੇ ਬਾਰੇ ਸੋਚ ਕੇ ਬਹੁਤ ਡਰ ਲੱਗਦਾ ਯਾਰ, ਤੂੰ ਤਾਂ ਨਾ ਮੈਨੂੰ ਲੱਗਦਾ ਅੱਕੀ ਪਈ ਆ ਵੀ ਮੈਨੂੰ ਕਿੱਟ ਫੜਾਉਣੀ ਪੈ ਗਈ। ਯਾਰ ਅੱਕਣ ਦੀ ਗੱਲ ਨੀ ਹੈਗੀ, ਮੈਂ ਤੇਰੇ ਕਰਕੇ ਸੋਚਦੀ ਆ ਵੀ ਕਿਤੇ ਘਰੇ ਕੋਈ ਗੱਲ ਦਾ ਪਤਾ ਨਾ ਲੱਗ ਜਾਏ, ਜੇ ਕਿਸੇ ਦਿਨ ਮੈਂ ਫੜੀ ਗਈ ਦੱਸ ਫਿਰ ਮੈਂ ਕੀ ਕਰੂੰਗੀ। ਤੂੰ ਹੈਗੀ ਆ ਮੇਰੇ ਨਾਲ, ਬਸ ਕੁਛ ਨੀ ਹੁੰਦਾ, ਬਸ ਤੂੰ ਮੇਰੀ ਹੈਲਪ ਕਰ ਦਿਆ ਕਰ ਤੇ ਮੈਨੂੰ ਐਂ ਦੱਸ
ਕੁਛ ਪਾਤਾ ਸੀ ਖਾਣ ਨੂੰ, ਮੈਨੂੰ ਪਤਾ ਸੀ ਖਾ ਕੇ ਤਾਂ ਕੁਛ ਆਈ ਨੀ ਹੋਏਗੀ, ਆਈ ਆ ਕੇ ਖੜ ਗਈ ਹੋਏਗੀ। ਜੇ ਭੱਜਾ ਹੁਣ ਕਾਲਜ ਨਾਲ ਟਾਈਮ ਦੇਣਾ, ਘੰਟਾ ਪਿਆ, ਘੰਟਾ ਕੀ ਕਰੇਂਗੀ ਉੱਥੇ ਜਾ ਕੇ? ਬਸ ਵੇਟ ਕਰੀ ਨੇ ਪੁੱਛਿਆ, ਕਹਿੰਦੇ 5 ਮਿੰਟ ਰਹਿੰਦੇ ਹਲੇ ਨਾ। ਉਹਨੂੰ ਕਹਿ ਦਿੰਦੀ ਕਾਲਜ ਛੱਡੇ ਆਉਂਦਾ, ਇੱਥੇ ਤਾਂ ਛੱਡ ਕੇ ਚੱਲ ਗਿਆ। ਉਹ ਤਾਂ ਲੜ ਕੇ ਚੱਲ ਗਿਆ ਕਿ ਹੁਣ ਉਹਦੇ ਕੀ ਸੱਪ ਲੜ ਗਿਆ। ਕੀ ਦੱਸਾਂ ਤੈਨੂੰ, ਕਹਿੰਦਾ ਕਹਿੰਦਾ ਤੂੰ ਮਿਲਦੀ ਨੀ ਹੈਗੀ ਮੈਨੂੰ, ਗੁੱਸੇ ਹੋ ਗਿਆ। ਕਿਸੇ ਦਿਨ ਤੂੰ ਮੇਰੇ ਨਾਲ ਗੱਲ ਕਰਾ, ਉਹਨੂੰ ਫਿਰ ਮੈਂ ਦੱਸੂਗੀ ਪਤਾ। ਤੂੰ ਕੀ ਦੱਸੇਂਗੀ ਅੜੀ, ਉਹ ਤਾਂ ਗੁੱਸੇ ਹੋ ਕੇ ਬਾਗੇ ਮੇਰਾ ਦਿਨ ਕਿਵੇਂ ਲੰਘੂ, ਤੈਨੂੰ ਪਤਾ ਮੈਂ ਤਾਂ ਉਹਦੇ ਬਿਨਾਂ ਵੀ ਮਰਨ ਵਾਲੀ ਹੋ ਜਾਂਦੀ ਹੈਗੀ। ਚੱਲ ਵਧੀਆ ਹੋ ਗਿਆ, ਗੁੱਸੇ ਹੋ ਗਿਆ, ਮੇਰੀ ਜਾਨ ਸਿਖਾ ਲਈ ਥੋੜਾ। ਕੀ ਹੈ? ਮੈਂ ਤਾਂ ਐਂ ਕਹਿੰਦੀ ਹਾਏ ਵਿਚਾਰਾ ਗੁੱਸੇ ਹੋ ਗਿਆ। ਹੋਰ ਮੇਰੀ ਗੱਲ ਸੁਣ, ਜੇ ਤੇਰੇ ਕੋਲ ਫੋਨ ਆਇਆ ਨਾ, ਤੂੰ ਉਹਨੂੰ ਨਾ ਚੰਗੀ ਤਰ੍ਹਾਂ ਤਾੜ ਦੀ, ਕਿਉਂਕਿ ਕੰਮਾਂ ਨਾਲ ਗੁੱਸੇ ਨਾ ਕਰ, ਉਹ ਤਾਂ ਮਰਨ ਵਾਲੀ ਹੋ ਜਾਂਦੀ। ਮੈਂ ਕਹਿੰਦਾ ਬਈ ਉਹਦਾ ਜੀ ਨਹੀਂ ਲੱਗਦਾ। ਹਾਂ ਹੁਣ ਮੈਂ ਜਾਵਾਂ? ਹਾਂ ਤੂੰ ਜਾ, ਭੱਗ ਜਾ ਸਭ। ਠੀਕ ਹੈ, ਹੰਡ ਬਾਏ। ਠੀਕ ਹੈ, ਚੰਗਾ, ਠੀਕ ਹੈ, ਧਿਆਨ ਰੱਖੀ। ਠੀਕ ਹੈ, ਆਪਣਾ ਬਾਏ ਜੀ। ਮੈਂ ਓਕੇ ਜਨਾਬ, ਚਾਹ ਪਿਆ ਲਿਓ ਘੁੱਟ, ਤੇ ਬਣਾਈ ਹੈ ਤੱਜ ਆ ਗਈ ਫਿਰ ਡੱਬਾ ਜਾ ਲੈ। ਮੈਨੂੰ ਲੱਗਦਾ ਲੱਤਾਂ ਹੀ ਵਾਲਾ ਆ ਵੀ ਗਿਆ ਤਾਂ, ਆ ਉਹੀ ਨੀ ਜਿਹੜਾ ਆਪਣੇ ਕੰਮ ਉਹ ਕਰੀ ਜਾਂਦੀ ਸੀ ਆਰਡਰ, ਉਹੀ ਹੈ ਜੀ। ਇਹਨੂੰ ਤਾਂ ਰੋਬਰਾ ਲੈ, ਚਾਹ ਪੀਓ। ਲੈ ਤੂੰ ਨਹੀਂ ਪੜਦਾ, ਮੈਨੂੰ ਲੱਗਦਾ ਮੈਂ ਜਾ ਲੱਗਿਆ ਪਾ ਤੇ ਫੋਟੋ ਨਹੀਂ ਖਿੱਚੂਗਾ। ਇਹ ਫੋਟੋ ਹੀ ਜਵਾਕਾਂ ਦਾ ਹੁੰਦਾ, ਰੀਲਾਂ ਰੂਲਾਂ ਬਣਾਉਂਦੀ ਰਹਿੰਦੀ ਆ ਉਹ। ਉਹ ਜਵਾਕਾਂ ਦਾ ਹੁੰਦਾ, ਮੈਂ ਤੈਨੂੰ ਐਂ ਕਹਿਣਾ ਕਿ ਫਿਰ ਵੀ ਮਾੜਾ ਮੋਟਾ ਸਮਝਾ ਲਿਆ ਕਰ, ਇਹ ਫਿਰ ਵੀ ਇਹ ਤਾਂ ਕਹਿੰਦੇ ਤੁਹਾਨੂੰ ਨਹੀਂ ਪਤਾ, ਆਪਾਂ ਤਾਂ ਫਿਰ ਵੀ ਇਹਦੇ ਮੁਤਾਬਕ ਚੱਲਣਾ ਪਊਗਾ। ਕੋਈ ਨਾ ਜੀ, ਮੇਰੀ ਗੱਲ ਸੁਣ, ਕੱਲੀ ਕੱਲੀ ਧੀ ਹੈ, ਸ਼ੌਂਕ ਪੂਰੇ ਨੇ ਕਰ ਲੈਣ ਤਾਂ ਫਿਰ ਕੀ ਹੁੰਦਾ? ਤਾਂ ਮੇਰੀ ਗੱਲ ਸੁਣ ਲੈ, ਤੇਰੀ ਗੱਲ ਬਚਾ ਲਿਆ। ਤੂੰ ਕਹਿੰਦੀ ਮੇਰੀ ਗੱਲ ਸੁਣੋ, ਉਹ ਸਾਰੀ ਉਮਰ ਤੇਰੇ ਨਹੀਂ ਸੁਣਦਾ ਰਿਹਾ, ਕਹਿੰਦੀ ਮੇਰੀ ਵੀ ਸੁਣ ਲਿਆ ਕਰ ਫੱਕਰ ਦੇ, ਮੇਰੀ ਕੋਈ ਸੁਣਦੇ ਨਹੀਂ ਗਾ। ਮੈਂ ਸਾਰੀ ਉਮਰ ਤੇਰੀਆਂ ਸੁਣ 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 ਕੇ ਆ ਦੇਖ ਲਾ ਦਾੜੀ ਵੇਡੀ ਏਡੀ ਹੋ ਗਈ, ਮੇਰੀ ਵੀ ਸੁਣ ਲਿਆ ਕਰ ਫੱਕਰ ਦੇ। ਸੁਣਨੀਆਂ ਤਾਂ ਸੋਨੂ ਹੀ ਪੈਣਗੀਆਂ, ਚਾਹੇ ਕਿਧਰੇ ਭੱਜ ਲਓ। ਇਹ ਐਂ ਵੀ ਹੁੰਦਾ ਜੀ? ਬਸ ਠੀਕ ਹੈ ਜੀ, ਚਾਹ ਵੀ ਫੇਰ ਪੀ ਲਾਂਗੇ। ਲੈ ਜੇ ਮੈਨੂੰ ਸੁਣਨੇ ਪੈਣਗੇ। ਹਾਂਜੀ ਦੱਸੋ ਜਨਾਬ ਜੀ, ਤੁਹਾਡੀਆਂ ਸੁਣ ਲੈਣੇ। ਪਹਿਲਾਂ ਦੱਸ, ਕੁੜੀ ਗਈ ਸੀ ਪਾਰਟੀ ਤੇ ਵਾਪਸ ਆ ਗਈ ਗਾਈ ਨੀ? ਕੋਈ ਨਾ, ਆਜੂਗੀ। ਜਵਾਕ ਖੇਡਦੇ ਨੇ, ਹੱਸਦੇ ਨੇ, ਉੱਥੇ ਕੁੜੀਆਂ ਕਤਰੀਆਂ ਇਕੱਠੀਆਂ ਹੋਈਆਂ, ਉਹਦੀ ਸਹੇਲੀ ਦੇ ਜਨਮ ਦਿਨ ਦੀ ਪਾਰਟੀ ਹੈ। ਫਿਰ ਤੂੰ ਕਹਿ ਦਿੰਦੀ ਆ ਕਿ ਸੁਣ ਕਹਿੰਦੇ ਮੇਰੀਆਂ ਪੈਣਗੀਆਂ, ਇੱਥੇ ਫਿਰ ਮੇਰਾ ਵੀ ਹੱਕ ਬਣ ਦੱਸਣਾ ਹੁਣ ਤਾਂ। ਉਹ ਪਾਰਟੀਆਂ ਪੋਲਟੀਆਂ ਤੋਂ ਉਹਨੂੰ ਸਮਝਾ ਦਿਆ ਕਰ, ਆਪਾਂ ਨੂੰ ਇਹ ਨਹੀਂ ਹੁੰਦੇ, ਜੇ ਆਪਾਂ ਆਹ ਕੰਮ ਆਪਾਂ ਤੋਂ ਦੂਰ ਰਹਿਣਾ ਚਾਹੀਦਾ। ਸਿੱਧਾ ਕਾਲਜ ਜਾਓ ਜਾਂ ਸਕੂਲ ਜਾਓ, ਸਕੂਲ ਪੜ੍ਹਦਾ ਤਾਂ ਸਕੂਲੋਂ ਆ ਜਾਓ, ਜਦੋਂ ਬੱਚਾ ਕਾਲਜ 'ਚ ਹੋ ਜਾਏ ਤਾਂ ਆਵੇ ਘਰ ਆ ਜਾਓ। ਮਤਲਬ ਇਹ ਗੱਲ, ਪਾਰਟੀਆਂ ਪੋਲਟੀਆਂ ਤੋਂ ਦੂਰ ਰੱਖਿਆ ਕਰ, ਜਿੱਥੇ ਜਮਾ ਨਹੀਂ ਸਰਦਾ ਨਾ ਉੱਥੇ ਜਾਣਾ ਚਾਹੀਦਾ। ਚਲੋ ਕੋਈ ਨਾ, ਆ ਸਵੇਰ ਨੂੰ ਬਗਾਨੇ ਘਰ ਵਗ ਜੂਗੀ, ਉੱਥੇ ਕੀ ਨਹੀਂ ਜਾਣ ਦੇਣਾ ਉਹਨੂੰ ਪਾਰਟੀਆਂ 'ਤੇ। ਅਗਲਾ ਆਪਦੇ ਅੰਡਰ ਰੱਖਦਾ, ਆਪਣੇ ਸਿਰ 'ਤੇ ਐਸ਼ ਹੈ, ਕੋਈ ਗੱਲ ਨਹੀਂ, ਜਵਾਕ ਜਾਂਦੇ ਹੁੰਦੇ ਨੇ। ਗੱਲ ਸੁਣ ਲੈ, ਇੱਥੇ ਤੂੰ ਵੀ ਗਲਤ ਆਂਗੀ, ਫਿਰ ਤੂੰ ਮੈਨੂੰ ਕਹੀਂ ਆਦੀਆਂ ਮਰਜ਼ੀਆਂ ਕਰਦਾ। ਜਦੋਂ ਆਪਾਂ ਨਾਲ ਘੂਰਿਆ, ਕੱਲ੍ਹ ਨੂੰ ਅਗਲਾ ਘੂਰੂਗਾ ਅਤੇ ਉੱਥੇ ਫਰਕ ਪੈ ਜੂਗਾ ਵੀ ਮੇਰੇ ਮਾਂ ਪਿਓ ਨੂੰ ਤਾਂ ਕਿਤੇ ਘੂਰਿਆ, ਤੁਸੀਂ ਘੂਰਦੇ। ਇਹ ਗੱਲਾਂ ਵੀ ਸੋਚਣ ਵਾਲੀਆਂ ਹੁੰਦੀਆਂ, ਜੇ ਆਪਾਂ ਹੁਣ ਮਾੜਾ ਘੂਰ ਕੇ ਰੱਖਾਂ, ਗਾਹਾਂ ਵਾਲੇ ਨੂੰ ਵੀ ਸੌਖਾ ਰਹੂਗਾ। ਅੱਜ ਕੱਲ੍ਹ ਤਾਂ ਘੂਰਨ ਦੀ ਲੋੜ ਹੀ ਨਹੀਂ ਪੈਂਦੀ, ਬੱਚੇ ਪੜ੍ਹੇ ਲਿਖੇ ਨੇ, ਸਿਆਣੇ ਨੇ, ਸਮਝਦਾਰ ਨੇ, ਅਤੇ ਨਾ ਹੀ ਹੁਣ ਗਾਹਾਂ ਪਹਿਲਾਂ ਵਾਲੇ ਸੱਸ ਸਹੁਰੇ ਰਹੇ ਨੇ। ਪਹਿਲਾਂ ਤਾਂ ਲਾ ਲਓ ਆਪਣੀ ਬੀਬੀ, ਅਜੇ ਮੈਂ ਦੁੱਧ ਪਾਣ ਦੀ ਚਾਹ ਚੱਪਦੇ ਆਪਾਂ ਉਹਦੇ ਪਿੱਛੇ ਕਹਿੰਦੀ ਇਹਨੇ ਦੁੱਧ ਆਪ ਪਾ ਲਿਆ, ਤੇ ਹੁਣ ਜਵਾਕ ਕਿਤੇ ਹੁਣ ਮੇਰੇ ਵਰਗੀ ਤਾਂ ਕਹਿ ਚਾਹ ਬਣਾ ਲੈ ਪੁੱਤ, ਘੁੱਟ ਮੈਂ ਵੀ ਪੀ ਲੂੰਗੀ। ਚਲੋ ਭਾਈ, ਤੇਰੀ ਮਾਂ ਨਾਲ ਹੋਰ ਕੀ ਹੈ, ਉੱਥੇ ਗੱਲ ਫਿਰ ਆ ਕੇ ਖੜ ਗਈ ਜਿੱਥੇ ਗੱਲ ਨੇ ਖੜਨਾ ਸੀਗਾ। ਆ ਚਾਹ ਚੱਕ ਲਓ। ਹਾਂ ਚਾਹ ਤਾਂ ਚੱਕਣੀ, ਤੂੰ ਹੁਣ ਕਹਿਤਾ ਜਦੋਂ। ਮੈਂ ਇੱਕ ਹੋਰ ਗੱਲ ਕਰਦੀ ਤੁਹਾਨੂੰ। ਹਾਂ ਭਾਵੇਂ ਦੋ ਦੱਸੋ। ਆਪਣੀ ਉਹ ਗਵਾਂਢਣ ਹੈਗੀ ਤਾਈ ਕੇ, ਉਹ ਆਈ ਸੀ ਕੱਲ੍ਹ, ਗੱਲ ਕਰਦੀ ਸੀ ਉਹ ਮੇਰੇ ਕੋਲ, ਕਹਿੰਦੀ ਜੇ ਰਿਸ਼ਤਾ ਕਰਨਾ ਤੁਸੀਂ ਕੰਮੋਂ ਦਾ, ਬਾਹਰਲਾ ਮੁੰਡਾ ਹੈ। ਗੱਲ ਫਿਰ ਵਿਚਾਰੇ, ਤਾਂਗਾਂ ਤਾਂ ਦੋਨੇ ਪਾਸੇ ਲੱਗਦੇ, ਇੱਕ ਪਾਸੇ ਗਰਦਿਆਲੋ ਤੋਂ ਆਈ ਤਾਈ ਆ ਗਈ, ਇੱਕ ਪਾਸੇ ਮੀਤੋ ਆ ਗਈ, ਕਿਹੜੀ ਤਾਈ ਕਹਿੰਦੀ ਹੈ?
ਅਮੀਤੋ ਹੀ ਕਹਿੰਦੀ ਸੀ ਅਮੀਤੋ ਕਹਿੰਦੀ ਸੀ ਹਾਂ ਇੱਕ ਗੱਲ ਤੇਰੀ ਫਿਰ ਗੱਲ ਵਿਚਾਲੇ ਆ ਫਿਰ ਤੂੰ ਕਹੀਂ ਬੋਲਦਾ ਫਿਰ ਮੈਂ ਤਾਂ ਬੋਲਣੀ ਤੂੰ ਕਹਿਤਾ ਮੈਂ ਤਾਂ ਕਹਿਣਾ ਇਕੱਲੀ ਕੁੜੀ ਹੈ ਜਦੋਂ ਹੁਣ ਕਹੀ ਤਾਂ ਜਾਂਦੀ ਹੈ ਫਿਰ ਮੈਂ ਵੀ ਉਹਨਾਂ ਲੱਛਣਾਂ 'ਤੇ ਆ ਜਾਂਦਾ ਹੁਣ ਮੈਂ ਤਾਂ ਕਹਿਣਾ ਇਹਨੂੰ ਪੜ੍ਹਾ ਲਿਖਾ ਕੇ ਜੇ ਇਹਨੂੰ ਤੂੰ ਕਹਿੰਦੀ ਮੌਜੀ ਕਰਾਉਣੀ ਬਾਹਰ ਨੂੰ ਟਪਾ ਦੇ ਬਾਹਰ ਜਾਇਆ ਹੁੰਦੇ ਦੇਖਿਆ ਹੁੰਦੇ ਅਮਰੀਕਾ ਕਨੇਡਾ ਅਤੇ ਤੀਰਾ ਕਦੋਂ ਉੱਥੇ ਰਹਿ ਪਊਗੀ ਨਹੀਂ ਇੱਧਰ ਬਾਅਦ 'ਚ ਵਿਆਹ ਦਾਂਗੇ ਅੱਜ ਕਿਉਂ ਉਹਦੇ ਨੂੰ ਪੰਗਾ 'ਚ ਵਾੜਦੀ ਮੈਂ ਵੀ ਕਹਿੰਦੀ ਤਾਂ ਅਮਰੀਕਾ ਕਨੇਡਾ ਵਾਸਤੇ ਸੀ ਵੀ ਚੱਲ ਜੇ ਵਿਆਹ ਕਰਕੇ ਤੋਰਦੇ ਤਾਂ ਵਧੀਆ ਨਹੀਂ ਸੀ ਮੈਂ ਤਾਂ ਕਹਿੰਦਾ ਇਹ ਚੱਕਰਾਂ ਚਲੋ ਨਾ ਪਾ ਵਿਆਹ ਤਾਂ ਉਹ ਕਰਦਾ ਹੁੰਦਾ ਅਤੇ ਜਿਹਦੇ ਕੋਲ ਕਹਿੰਦੇ ਹੁੰਦੇ ਆ ਕੁਛ ਨਾ ਹੋਵੇ ਅਗਲਾ ਕਹਿੰਦਾ ਪੈਸਾ ਲਾ ਦੂ ਸਾਡੀ ਧੀ ਵਗ ਜੂਗੀ ਮੈਂ ਕਹਿੰਦਾ ਇਹ ਰਿਸ਼ਤਿਆਂ 'ਚ ਬੰਨ ਕੇ ਜਵਾਕ ਨੂੰ ਭੇਜਣਾ ਚੰਗਾ ਨਹੀਂ ਰਹਿੰਦਾ ਮੁੜ ਕੇ ਕਲੇਸ਼ ਹੀ ਪੈਂਦੇ ਹੁੰਦੇ ਜੇ ਜਾਣਾ ਹੀ ਆ ਆਪਦੇ ਪੈਸੇ ਲਾ ਕੇ ਭੇਜ ਚੱਲ ਫਿਰ ਐਂ ਭੇਜ ਦਿਓ ਮੇਰੀ ਧੀ ਨੂੰ ਬਾਹਰ ਭੇਜ ਦਿਓ ਉਹ ਤਾਂ ਤੂੰ ਉਹਦੇ ਨਾਲ ਗੱਲ ਕਰ ਜੇ ਉਹਨੇ ਕਹਿਤਾ ਵੀ ਮੈਂ ਜਾਣਾ ਆਪਾਂ ਭੇਜ ਦਿਆਂਗੇ ਉਹਦੀ ਵੀ ਖੁਸ਼ੀ ਚਾਹੀਦੀ ਹੈ ਨਾ ਆਪਾਂ ਧੱਕੇ ਨਾਲ ਨਹੀਂ ਭੇਜ ਸਕਦੇ ਉਹਨੂੰ ਪੁੱਛ ਭਾਈ ਪੁੱਤ ਕੀ ਕੰਮ ਕਰਨਾ ਗਾ ਨਾਲੇ ਤੂੰ ਪੁੱਛ ਲਈ ਨਾਲੇ ਮੈਂ ਪੁੱਛੂ ਜਿਹੜਾ ਉਹ ਕੰਮ ਕਹੂ ਆਪਾਂ ਉਹੀ ਕਰਵਾ ਦਿਆਂਗੇ ਬਸ ਠੀਕ ਪਰ ਇੱਕ ਗੱਲ ਆ ਕਹਿੰਦੇ ਸਾਡੀ ਲਾਜ ਰੱਖਦੀ ਇੱਜ਼ਤ ਰੱਖੀ ਬਸ ਅਸੀਂ ਤੈਨੂੰ ਕਿਤੇ ਵੀ ਧੀ ਨਹੀਂ ਸਮਝਿਆ ਪੋਤੀ ਸਮਝਿਆਗਾ ਇਹ ਗੱਲ ਤਾਂ ਉਹਨੂੰ ਪਹਿਲਾਂ ਕਹਿੰਦੀ ਧਿਆਨ ਰੱਖੀ ਬਸ ਦੂਜੀ ਗੱਲ ਬਾਅਦ 'ਚ ਸੋਚੀ ਜਿੱਥੇ ਮਰਜ਼ੀ ਤੁਰੀ ਫਿਰ ਦੇਣਾ ਚਾਹੇ ਰਾਤ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਲਾਂਭਾ ਨਹੀਂ ਸਾਨੂੰ ਆਉਣਾ ਚਾਹੀਦਾ ਇਹ ਤਾਂ ਉਹ ਪਹਿਲਾਂ ਹੀ ਸਮਝ ਗਈ ਹੋਈ ਹੈ ਕਿਉਂਕਿ ਕਹਿੰਦੀ ਰਹਿੰਦੀ ਹੈ ਮੈਨੂੰ ਵੀ ਤੁਹਾਡਾ ਮੈਂ ਪੁੱਤ ਹਾਂ ਉਹਨੂੰ ਵੀ ਪਤਾ ਹੀ ਹੈ ਵੀ ਧੀ ਵੀ ਮੈਂ ਹੀ ਹਾਂ ਪੁੱਤ ਵੀ ਮੈਂ ਹੀ ਹਾਂ ਹੁਣ ਦੱਸਦੇ ਮਾੜਾ ਜਿਹਾ ਵੀ ਪੁੱਤ ਕਿਵੇਂ ਬਣਿਆ ਜਾਂਦਾ ਹੁੰਦਾ ਜੇ ਬੰਦਾ ਕਦੇ ਧੀ ਗਲਤ ਲਾ ਉਹ 'ਚ ਪੈ ਜਾਏ ਨਾ ਤਾਂ ਮੁੜ ਕੇ ਸਾਰੀ ਉਮਰ ਕਹਿੰਦੇ ਪਿਓ ਨੂੰ ਨੀਵਾਂ ਹੋ ਕੇ ਚੱਲਣਾ ਪੈਂਦਾ ਨਾ ਕਹਿੰਦੇ ਦੋ ਬੰਦੇ ਜਾ ਕੇ ਖੜ ਸਕਦਾ ਇਹ ਗੱਲ ਦਾ ਜ਼ਰੂਰ ਧਿਆਨ ਰੱਖੀ ਬਸ ਇੰਨੀ ਗੱਲ 'ਚ ਉਹਨੂੰ ਕਹਿ ਦੀ ਕਹਿਣ ਦਾ ਕੋਈ ਗੱਲ ਨਹੀਂ ਹੁੰਦੀ ਭਾਵੇਂ ਜਮਾਂ ਸਹੀ ਉਹ ਮੈਂ ਤੈਨੂੰ ਐਂ ਨਹੀਂ ਕਹਿੰਦਾ ਵੀ ਗਲਤ ਆ ਪਰ ਕਹਿਣ ਦਾ ਆਪਣਾ ਹੱਕ ਹੁੰਦਾ ਆਪਾਂ ਤਾਂ ਮਾਂ ਪਿਓ ਹਾਂ ਆਪਾਂ ਨੂੰ ਕਹਿ ਸਕਦੇ ਹਾਂ ਕੋਈ ਗੱਲ ਨਹੀਂ ਮੈਂ ਸਮਝਾ ਦੂੰਗੀ ਤੁਸੀਂ ਕਹਿੰਦੇ ਹੋ ਵੈਸੇ ਤਾਂ ਮੇਰੀ ਧੀ ਸਿਆਣੀ ਹੈ ਪਰ ਮੈਂ ਜ਼ਰੂਰ ਕਹੂੰਗੀ ਤੁਹਾਡੀ ਗੱਲ ਦਾ ਮੈਂ ਧਿਆਨ ਰੱਖੂੰਗੀ ਉਹ ਤਾਂ ਮੈਂ ਗੱਲ ਤੈਨੂੰ ਪਹਿਲੀ ਦੱਸ ਗਿਆ ਸੀਗਾ ਵੀ ਜਮਾਂ ਸਿਆਣੀ ਹੈ ਮੈਂ ਮੰਨ ਲਈ ਗੱਲ ਵੀ ਜਮਾਂ ਸੋਣੇ ਦਾ 100 ਰੁਪਇਆ ਹੈ ਫਿਰ ਵੀ ਆਪਣਾ ਹੱਕ ਹੁੰਦਾ ਕਹਿਣ ਦਾ ਜੇ ਤੂੰ ਅੱਜ ਗੱਲ ਕਹੀ ਆ ਉਹਦੇ ਗੱਲ ਕਦੋਂ ਵੀ ਕੋਈ ਗਲਤ ਕੰਮ ਕਰਦਾ ਨਾ ਜਵਾਕ ਦੇ ਗੱਲ ਦਿਮਾਗ 'ਚ ਆਉਂਦੀ ਮੇਰੇ ਮਾਂ ਨੇ ਚਾਹੇ ਪਿਓ ਨੇ ਇਸ ਟਾਈਮ ਕੀ ਕਿਹਾ ਸੀ ਵੀ ਮੈਂ ਕੀ ਕਰੀ ਜਾਂਦਾ ਜੇ ਉਹ ਅੱਜ ਉਹਨੂੰ ਆਪਾਂ ਕਹੇ ਹੀ ਨਹੀਂ ਗਾ ਤਾਂ ਫਿਰ ਉਹ ਕੱਲ੍ਹ ਨੂੰ ਕੀ ਹੁੰਦਾ ਗਾ ਕੋਈ ਨਾ ਕਹਿ ਦੂੰਗੀ ਫਿਰ ਟੈਨਸ਼ਨ ਕਿਉਂ ਕਰਦੇ ਹੋ ਸਮਝਾ ਦੂੰਗੀ ਮੈਂ ਆ ਜਾਣ ਦੇ ਮੈਂ ਕਹਿ ਦੂੰਗੀ ਭਾਈ ਤੇਰੇ ਪਿਓ ਦੀ ਨੀਵੀਂ ਨਹੀਂ ਪੈਣੀ ਚਾਹੀਦੀ ਕਿਤੇ ਪੜ੍ਹ ਲਿਖ ਬੈਠ ਖੜ ਜੋ ਮਰਜ਼ੀ ਕਰ ਆਪਾਂ ਰੋਕਿਆ ਉਹਨੂੰ ਕਿਤੇ ਨਹੀਂ ਰੋਕਿਆ ਕਿਤੇ ਨਹੀਂ ਜਿੰਨੇ ਪੈਸੇ ਮੰਗਦੇ ਉਹ ਵਧੇ ਦਿੰਦੇ ਆ ਨਾ ਹਾਂਜੀ ਬਸ ਇਹ ਚੀਜ਼ਾਂ ਦਾ ਧਿਆਨ ਰੱਖੀ ਉਹਨੂੰ ਕਦੇ ਬਸ ਵੀ ਆਹ ਚੀਜ਼ਾਂ ਦਾ ਨਜਾਇਜ਼ ਫਾਇਦਾ ਨਾ ਉਠਾ ਲਈ ਕਿਤੇ ਠੀਕ ਹੈ ਕੋਈ ਗੱਲ ਨਹੀਂ ਇੱਕ ਟਾਈਮ ਨਾਲ ਘਰੇ ਆ ਜਾਇਆ ਕਰ ਆ ਦੇਖ ਅੱਜ ਵੀ ਲੇਟ ਆ ਉਹ ਕੋਈ ਨਾ ਮੈਂ ਕਹਿ ਦੂੰਗੀ ਵੀ ਟਾਈਮ ਨਾ ਆ ਜਾ ਕਰ ਪੁੱਤ ਲੇਟ ਨਾ ਹੋਇਆ ਕਰ ਅੱਜ ਤਾਂ ਕੰਮੋਂ ਨੇ ਜਮੀ ਹੱਦ ਹੀ ਕਰਤੀ ਚੰਦਰੀ ਹੁਣ ਤੱਕ ਨਹੀਂ ਆਈ ਹੈਗੀ ਇਹਦਾ ਪਿਓ ਸੱਚੀ ਫਿਕਰ ਕਰਦਾ ਹੁਣ ਤਾਂ ਮੇਰਾ ਵੀ ਜਾਣੀ ਦਿਲ ਜਾ ਘਟਣ ਲੱਗ ਗਿਆ ਫਿਕਰ ਤਾਂ ਹੁੰਦੀ ਉਹ ਜਵਾਕਾਂ ਦੀ ਕਦੇ ਇੰਨੀ ਲੇਟ ਹੋਈ ਨਹੀਂ ਸੀ ਅੱਜ ਪਤਾ ਨਹੀਂ ਕਿਵੇਂ ਇੰਨੀ ਲੇਟ ਹੋ ਗਈ ਕੰਮੋ ਹਾਏ ਹਾਏ ਕੀ ਹੋਇਆ ਪੁੱਤ ਮੰਮੀ ਚਾਹ ਲੈ ਕੇ ਆ ਘੁੱਟ ਪੁੱਤ ਮੇਰੀ ਗੱਲ ਸੁਣ ਤੈਨੂੰ ਚਾਹ ਵੀ ਮਿਲੂ ਪਾਣੀ ਵੀ ਮਿਲੂ ਪਹਿਲਾਂ ਮੈਨੂੰ ਐਂ ਦੱਸ ਮੇਰਾ ਪੁੱਤ ਇੱਥੇ ਲੇਟ ਕਿਤੇ ਹੋ ਗਿਆ ਮੰਮੀ ਤੁਹਾਨੂੰ ਦੱਸ ਕੇ ਗਈ ਸੀ ਪਾਰਟੀ ਤੇ ਲੇਟ ਹੋ ਜਾ ਮੈਂ ਧੁੱਕੀ ਪਈ ਹਾਂ ਤੁਸੀਂ ਤੁਹਾਨੂੰ ਆਉਂਦਿਆਂ ਨੂੰ ਸਵਾਲ ਜਵਾਬ ਕਰਨ ਲੱਗ ਜਾਂਦੇ ਹੋਗੇ ਨਹੀਂ ਪੁੱਤ ਤੈਨੂੰ ਕੋਈ ਸਵਾਲ ਜਵਾਬ ਨਹੀਂ ਤੂੰ ਮੈਨੂੰ ਐਂ ਦੱਸ ਤੂੰ ਮੇਰੀ ਇਕੱਲੀ ਇਕੱਲੀ ਧੀ ਭਰੋਸਾ ਤਾਂ ਹੈ ਪੁੱਤ
ਫੇਰ ਵੀ ਪੁੱਤ ਸਾਡਾ ਫਰਜ਼ ਬਣਦਾ ਤੈਨੂੰ ਕਹਿਣ ਦਾ। ਪਰ ਹਰ ਰੋਜ਼ ਹੀ ਤੁਸੀਂ ਇੱਦਾਂ ਕਰਦੇ ਹੋ ਮੇਰੇ ਨਾਲ। ਨਹੀਂ ਪੁੱਤ ਨਹੀਂ, ਐਨਾ ਦਿਮਾਗ 'ਚ ਲਿਆ ਕਰ ਰਹੀ ਜੀ ਗੱਲ, ਫਿਰ ਵੀ ਮਾਂ ਪੁੱਤ ਦਾ ਫਰਜ਼ ਹੁੰਦਾ ਕਹਿਣਾ। ਠੀਕ ਆ, ਹੋ ਗਿਆ ਸਾਰਾ ਕੁਛ, ਚਲੋ ਘੁੱਟ ਚਾਹ ਬਣਾ ਦਿਓ ਮੈਨੂੰ, ਰੈਸਟ ਕਰਨ ਦਿਓ। ਤੂੰ ਐਂ ਕਰ ਪੁੱਤ, ਮੈਂ ਚਾਹ ਬਣਾਉਣੀ ਆ, ਤੂੰ ਨਾ ਚੇਂਜ ਕਰ ਲੈ। ਮੈਂ ਚੇਂਜ ਕਰ ਲੂੰ, ਇੱਕ ਦਾਣਾ ਮੰਮੀ ਤੂੰ ਨਹੀਂ ਟਿਕਣ ਦਿੰਦੀ ਗੀ। ਮੇਰਾ ਪੁੱਤ ਇੰਨਾ ਥੱਕ ਅੱਕ ਕੇ ਕਿੱਥੋਂ ਆਇਆ ਹੈ, ਆਈ ਪਾਰਟੀ ਚ ਇੰਜੋਏ ਕਰਕੇ ਹੈ? ਪਰ ਮੰਮੀ ਨੱਚਦੇ ਟੱਪਦੇ ਥੱਕ ਕੇ ਆਨੇ ਹੁੰਦੇ ਆ, ਤੈਨੂੰ ਪਤਾ ਤਾਂ ਹੈਗਾ। ਪੁੱਤ ਪਾਰਟੀ ਚ ਆ ਕੇ ਤਾਂ ਮੂਡ ਬਹੁਤ ਵਧੀਆ ਹੁੰਦਾ। ਮੰਮੀ ਆਪਣੇ ਬੱਸ ਸਟੈਂਡ ਕਿੰਨੀ ਦੂਰ ਹੈ, ਮੈਨੂੰ ਤਾਂ ਕੋਈ ਲੈਣ ਵੀ ਨਹੀਂ ਆਉਂਦਾ ਗਾ। ਆਏ ਹਾਏ, ਤੂੰ ਫੋਨ ਕਰਨੀ, ਮੈਂ ਤੇਰੇ ਡੈਡੀ ਨੂੰ ਭੇਜ ਦੇਣਾ ਸੀ। ਡੈਡੀ ਨੂੰ ਮੈਂ ਕੀਤਾ ਸੀ ਫੋਨ। ਅੱਛਾ, ਮੈਂ ਤਾਂ ਕਿਸੇ ਦੇ ਮਸਲੇ 'ਚ ਬੈਠਾ ਵਾ। ਚੱਲ ਕੋਈ ਨਾ ਪੁੱਤ, ਉਹਨਾਂ ਨੂੰ ਕੰਮ ਬਾਹਲੇ ਰਹਿੰਦੇ। ਚੱਲ ਮੈਂ ਲੈ ਕੇ ਆਉਂਦੀ ਹਾਂ ਚਾਹ। ਚੰਗਾ ਠੀਕ ਆ, ਮਿੱਠਾ ਘੱਟ ਪਾਇਓ। ਜਮਾ ਘੱਟ ਤੂੰ, ਮੇਰੇ ਪੁੱਤ ਨੂੰ ਇਹ ਮਿੱਠੀ ਲੱਗਦੀ ਚਾਹ। ਠੀਕ ਆ ਮੰਮੀ। ਫਸ ਗਈ ਸੀ ਓਏ, ਕਿੰਨੇ ਸਵਾਲ ਕੀਤੇ ਮੰਮੀ ਨੇ। ਸਹੀ ਗੱਲ, ਅੱਗੇ ਤੋਂ ਇੰਨਾ ਲੇਟ ਨਹੀਂ ਆਇਆ ਕਰਦੀ, ਐਵੇਂ ਕਿਤੇ ਸੱਕ ਹੋ ਗਿਆ ਨਾ ਤੇ ਮੀਂਹ ਮਾਰੀ ਜਾਊਂਗੀ। ਯਾਰ ਮੈਨੂੰ ਨਹੀਂ ਪਤਾ, ਤੇਰੇ ਤਾਂ ਲਾਰੇ ਨਹੀਂ ਮੁੱਕਦੇ। ਯਾਰ ਮੈਂ ਕਿਹੜਾ ਵਿਆਹ ਤੂੰ ਭੱਜਦਾਗਾ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਮਿਲ। ਠੀਕ ਆ, ਗੋਲੀਆਂ ਤੇਰੇ ਕੋਲ ਪਹੁੰਚ ਗਈਆਂ, ਕਰ ਦਾਂਗਾ ਪਾ ਦੀ। ਯਾਰ ਨਹੀਂ ਕੁਛ ਹੁੰਦਾ ਤੇਰੇ ਮਾਂ ਪਿਓ ਨੂੰ। ਠੀਕ ਆ ਯਾਰ, ਤੂੰ ਰੱਖ ਲਾ ਮਾਂ ਪਿਓ। ਯਾਰ ਇਹ ਕਿਹੜੀ ਗੱਲ ਹੋ ਗਈ, ਤੂੰ ਮੈਨੂੰ ਪਿਆਰ ਕਰਦੀ ਆ ਕਿ ਨਹੀਂ ਕਰਦੀ? ਕਰਦੀ ਆ ਨਾ। ਬਸ ਠੀਕ ਆ, 11 ਵਜੇ ਮੈਂ ਮਿਲਣ ਆਊਂਗਾ ਤੁਹਾਨੂੰ। ਨਾਲੇ ਮੈਂ ਨਹੀਂ ਮਿਲਣਾ, ਤੂੰ ਬਾਹਰ ਆ ਜਾਈ ਬਸ, ਉਦੋਂ ਬਾਅਦ ਤੈਨੂੰ ਮੋਟਰਸਾਈਕਲ 'ਤੇ ਲੈ ਜਾਊਂ ਬਿਠਾ ਕੇ ਮੈਂ। ਹਾਂ ਯਾਰ ਨਹੀਂ ਕੁਛ ਹੁੰਦਾ ਤੇਰੇ ਮਾਂ ਪਿਓ ਨੂੰ, ਇਹ ਤਾਂ ਨੀਂਦ ਦੀਆਂ ਗੋਲੀਆਂ ਆਈਆਂ। ਯਾਰ ਗੱਲ ਤਾਂ ਸਾਰੀ ਮੇਰੇ 'ਤੇ ਵੀ ਆਊਗੀ, ਬਸ ਚੁੱਪ ਕਰਕੇ ਤੂੰ ਦੋ ਆਪਦੀ ਮੰਮੀ ਨੂੰ ਪਾ ਦੀ, ਦੋ ਆਪਦੇ ਪਾਪਾ ਨੂੰ ਪਾ ਦੀ, ਸੌਂ ਜਾਣਗੇ। ਤੂੰ ਬਸ ਬਾਹਰ ਆ ਜਾਈ 11 ਵਜੇ, ਬਸ ਤੂੰ ਬਾਹਰ ਆ ਜਾਣਾ। ਹਾਂ ਬਸ ਚੁੱਪ ਕਰਕੇ 11 ਵਜੇ ਬਾਹਰ ਆ ਜਾਈ, ਠੀਕ ਆ? ਹਾਂ ਚੱਲ ਠੀਕ ਆ, ਮੈਂ ਕੱਟਣ ਲੱਗਾ, ਨਹੀਂ ਇਦੋਂ ਬਾਅਦ ਮੈਨੂੰ ਫੋਨ ਨਾ ਕਰੀ। ਠੀਕ ਆ ਬਸ ਬਾਹਰ ਆ ਜਾਈ 11 ਵਜੇ। ਓਕੇ 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 ਓਕੇ, ਚੱਲ ਮੰਨ ਹੀ ਗਈ, ਪਹਿਲਾਂ ਹੀ ਇਹੋ ਜਿਹੀ ਧਮਕੀ ਦੇ ਦਿੰਦੇ ਉਹਨੂੰ। ਚੱਲ ਕਰ ਕਰ ਗਏ ਆਪਾਂ ਵੀ ਤਿਆਰੀ ਜਾਣ ਦੀ। ਹਾਏ ਰੱਬਾ, ਮੈਨੂੰ ਤਾਂ ਲੋਕ ਲੱਗਿਆ ਪਿਆ, ਮੈਨੂੰ ਤਾਂ ਚਾਬੀ ਵੀ ਨਹੀਂ ਪਤਾ ਕਿੱਥੇ ਹੁੰਦੀ ਆ। ਹਾਏ ਰੱਬਾ, ਇੱਥੇ ਵੀ ਨਹੀਂ ਹੈਗੀ, ਹੁਣ ਮੈਂ ਕੀ ਕਰਾਂ, ਸਮਝ ਨਹੀਂ ਆਉਂਦੀ ਪਈ। ਡੈਡੀ ਜੀ, ਮੰਮੀ ਜੀ, ਤੁਸੀਂ? ਮੈਂ ਪੁੱਤ ਚਾਬੀ ਲੈ ਲਾ, ਕਿਉਂ ਤੂੰ ਐਵੇਂ ਔਖੀ ਹੋਈ ਜਾਂਦੀ ਆ, ਤੂੰ ਕਿਤੇ ਬਾਹਰ ਨਹੀਂ ਖੋਲਿਆ ਨਾ, ਲੈ ਮੈਂ ਖੋਲ ਕੇ ਦੇ ਦਿੰਦਾ ਗਾ, ਆ ਜਾ ਲੈ ਮੇਰੀ ਧੀ, ਆ ਜਾ। ਡੈਡੀ ਜੀ,
ਡੈਡੀ ਜੀ ਨਹੀਂ ਪੁੱਤ ਤੈਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਨਾ ਹੀ ਅਸੀਂ ਕਿਤੇ ਤੈਨੂੰ ਪਹਿਲਾਂ ਆਉਣ ਦਿੱਤੀ ਹੈ ਤੇ ਨਾ ਹੀ ਅੱਜ ਆਉਣ ਦਿੰਦੇ ਤੂੰ ਐਂ ਕਰ ਬਾਰ ਮੈਂ ਖੋਲ ਦਿੰਦਾ ਤੇ ਫਿਰ ਤੂੰ ਵਗ ਜੀ ਡੈਡੀ ਜੀ ਡੈਡੀ ਮੇਰੀ ਗੱਲ ਸੁਣੋ ਡੈਡੀ ਜੀ ਮੰਮੀ ਲੈ ਅੱਜ ਆਪਾਂ ਚੱਲ ਗਏ ਫਿਰ ਚਲੋ ਜਿੰਦੇ ਦੇ ਸੀਗਾ ਆਪਣੀ ਧੀ ਨੂੰ ਜਿੰਦਾ ਖੋਲਤਾ ਇਹਨੂੰ ਨੀ ਕਿਸੇ ਚੀਜ਼ ਦੀ ਤਕਲੀਫ਼ ਕਰਨੀ ਆ ਚੱਲ ਗਏ ਠੀਕ ਹੈ ਲੈ ਪੁੱਤ ਸੰਭਲ ਕੇ ਜਾਈ ਮੇਰੀ ਧੀ ਤੇਰਾ ਡੈਡੀ ਸਹੀ ਕਹਿੰਦਾ ਕਿਤੇ ਨਾ ਜਿੰਦਾ ਜਿੰਦਾ ਤਾਂ ਖੋਲਿਆ ਨਹੀਂ ਨਾ ਸੱਟ ਨਾ ਬਚ ਜਾਂਦੀ ਦੇ ਜਾ ਮੇਰਾ ਪੁੱਤ ਡੈਡੀ ਜੀ ਮਾਫ਼ ਕਰ ਦਾ ਮੈਨੂੰ ਲੈ ਪੁੱਤ ਮਾਫ਼ ਕਰਨ ਨੂੰ ਅਸੀਂ ਕੀ ਕਿਹਾ ਹੈਗਾ ਆਪਾਂ ਕਿਹੜਾ ਗਲਤ ਗਏ ਨਾ ਆਪਾਂ ਤਾਂ ਬਾਹਰ ਵੀ ਕਿਸੇ ਚੀਜ਼ ਦੀ ਤੈਨੂੰ ਪੁੱਤ ਤਕਲੀਫ ਨਾ ਹੋਵੇ ਬਾਹਰ ਖੋਲ ਤਾਂ ਤੂੰ ਜਾ ਸਕਦੇ ਅਸੀਂ ਤੈਨੂੰ ਕੁਛ ਨੀ ਕਹਿੰਦੇ ਜਾ ਪੁੱਤ ਸਾਡੇ ਤੂੰ ਆ ਮੇਰੀ ਗੱਲ ਸੁਣ ਗੱਲ ਸੁਣ ਪੁੱਤ ਤੇਰੀ ਖੁਸ਼ੀ ਚ ਸਾਡੀ ਖੁਸ਼ੀ ਹੈ ਜਿੱਥੇ ਤੂੰ ਖੁਸ਼ ਹੈ ਉੱਥੇ ਮੈਂ ਖੁਸ਼ ਹਾਂ ਤੇਰੇ ਡੈਡੀ ਖੁਸ਼ ਨੇ ਅੱਜ ਤਾਂ ਇਹ ਚੀਜ਼ ਦੇਖੀ ਹੈ ਮਾਂ ਮੈਨੂੰ ਮਾਫ਼ ਕਰ ਦਿਓ ਮੈਂ ਭੁੱਲ ਗਈ ਸੀਗੀ ਮੈਂ ਕਿੱਡਾ ਵੱਡਾ ਗਲਤ ਕਦਮ ਚੱਕਣ ਜਾ ਰਹੀ ਹਾਂ ਮੰਮੀ ਮੈਨੂੰ ਕੁਝ ਸਮਝ ਨਹੀਂ ਸੀ ਆਉਂਦਾ ਮੈਨੂੰ ਨਹੀਂ ਪਤਾ ਲੱਗਿਆ ਮੈਂ ਦਲਦਲ ਚ ਕਦੋਂ ਫਸ ਗਈ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਡੈਡੀ ਜੀ ਪੁੱਤ ਅੱਜ ਤਾਂ ਤੈਨੂੰ ਮਾਫ਼ ਕਰਤਾ ਤਾਂ ਇਹਦਾ ਦਰਵਾਜ਼ਾ ਖੋਲਿਆ ਵੀ ਤੈਨੂੰ ਕਿਸੇ ਚੀਜ਼ ਦੀ ਤਕਲੀਫ਼ ਨਾ ਆਵੇ ਨਹੀਂ ਡੈਡੀ ਤੂੰ ਕਿਤੇ ਖੋਲਿਆ ਨਹੀਂ ਨਾ ਤਾਂ ਕਰਕੇ ਅਸੀਂ ਤੈਨੂੰ ਖੋਲ ਕੇ ਦਿੱਤਾ ਮੰਮੀ ਜੀ ਮੈਂ ਕਿਤੇ ਨਹੀਂ ਜਾਣਾ ਡੈਡੀ ਨੂੰ ਸਮਝਾਓ ਪਲੀਜ਼ ਪੁੱਤ ਤੈਨੂੰ ਤੇਰੀ ਜ਼ਿੰਦਗੀ ਜੀਣ ਦਾ ਪੂਰਾ ਹੱਕ ਹੈ ਅਸੀਂ ਨੇ ਅੱਜ ਤੱਕ ਤੇਰਾ ਕੋਈ ਚਾਅ ਅਧੂਰਾ ਨਹੀਂ ਰੱਖਿਆ ਜੇ ਤੇਰੇ ਮਨ 'ਚ ਇਹ ਚਾਅ ਹੈ ਅਸੀਂ ਇਹ ਵੀ ਹੱਸ ਕੇ ਜਾਵਾਂਗੇ ਪੁੱਤ ਤੂੰ ਜਿਉਂ ਆਪਦੀ ਜ਼ਿੰਦਗੀ ਜਿਉਂ ਮੇਰੀ ਲਾਡੋ ਨਹੀਂ ਮੰਮੀ ਜੀ ਨਹੀਂ ਪੁੱਤ ਡੈਡੀ ਜੀ ਉਹ ਮੁੰਡਾ ਮੈਨੂੰ ਬਹੁਤ ਪਿਆਰ ਕਰਦਾ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਹਾਂ ਪਰ ਆ ਮੈਂ ਮੰਨਦੀ ਹਾਂ ਵੀ ਮੈਂ ਗਲਤੀ ਕਰ ਰਹੀ ਸੀ ਪਰ ਮੰਮੀ ਜੀ ਤੁਸੀਂ ਇੱਕ ਵਾਰ ਮੈਨੂੰ ਸਮਝੋ ਲੈ ਉਹੀ ਗੱਲ ਫੇਰ ਜੇ ਤੈਨੂੰ ਸਮਝਦੇ ਪੁੱਤ ਤਾਂ ਹੀ ਬਾਹਰ ਖੋਲਿਆ ਵੀ ਤੂੰ ਹਜੇ ਵੀ ਜਾ ਸਕਦੀ ਹੈ ਨਹੀਂ ਡੈਡੀ ਜੀ ਮੈਂ ਕਿਤੇ ਨਹੀਂ ਜਾਣਾ ਪਲੀਜ਼ ਕੰਮੋ ਗੱਲ ਸੁਣ ਪੁੱਤ ਮੇਰੀ ਤੂੰ ਇਹ ਗੱਲ ਮੈਨੂੰ ਪਹਿਲਾਂ ਦੱਸ ਦਿੰਦੀ ਤੇਰੇ ਡੈਡੀ ਹੱਸ ਕੇ ਉਹਨਾਂ ਦੇ ਘਰੇ ਜਾਂਦੇ ਤੂੰ ਸਾਨੂੰ ਕਿਹੜਾ ਤਾਂ ਦੱਸਦੀ ਨਾ ਜੇ ਅਸੀਂ ਨਾ ਮੰਨਦੇ ਫਿਰ ਤਾਂ ਤੂੰ ਕਹਿ ਦਿੰਦੀ ਤੈਨੂੰ ਪਤਾ ਹਰ ਇੱਕ ਗੱਲ ਅਸੀਂ ਤੇਰੀ ਮੰਨਦੇ ਹਾਂ ਮੈਂ ਤੈਨੂੰ ਹਜੇ ਵੀ ਕਹਿਣਾ ਉਹ ਮੁੰਡੇ ਨੂੰ ਸਾਡੇ ਸਾਨੂੰ ਮਿਲਾ ਅਸੀਂ ਹੱਸ ਕੇ ਉਹਦਾ ਹੱਥ ਦੇਵਾਂਗੇ ਸੱਚੀ ਗੱਲ ਡੈਡੀ ਜੀ ਮੇਰੀ ਗੱਲ ਸੁਣ ਪਰ ਜਿਹੜਾ ਗਲਤ ਕਦਮ ਅੱਜ ਤੂੰ ਚੱਕ ਰਹੀ ਸੀ ਨਾ ਉਹ ਪਰਮਾਤਮਾ ਨਾ ਕਰੇ ਕੋਈ ਅਣਹੋਣੀ ਹੋ ਜਾਂਦੀ ਉਹ ਤਾਂ ਕੁਦਰਤੀ ਮੈਂ ਆ ਰਹੀ ਸੀ ਦੇਖ ਲਿਆ ਤੈਨੂੰ ਰੱਬ ਨਾ ਕਰੇ ਪੁੱਤ ਜੇ ਕੋਈ ਅਣਹੋਣੀ ਹੋ ਜਾਂਦੀ ਫਿਰ ਸਿਆਣੇ ਕਹਿੰਦੇ ਹੁੰਦੇ ਆ ਧੀਆਂ ਤਾਂ ਘਰ ਦੇ ਜਿੰਦਰੇ ਅਤੇ ਪਿਓ ਦੇ ਸਿਰ ਦੀ ਪੱਗ ਹੁੰਦੀਆਂ ਨੇ ਪੁੱਤ ਤੂੰ ਇਹ ਗਲਤੀ ਕਿਵੇਂ ਕਰ ਸਕਦੀ ਮੈਂ ਤਾਂ ਤੈਨੂੰ ਕੋਈ ਇਹੋ ਜਿਹਾ ਸੰਸਕਾਰ ਹੀ ਨਹੀਂ ਦਿੱਤਾ ਸੀ ਵੀ ਜਿਹੜਾ ਤੂੰ ਘਰ ਦੀ ਮਰਿਆਦਾ ਨੂੰ ਭੰਗ ਕਰਦੇ ਮੰਮੀ ਜੀ ਮੈਨੂੰ ਪਤਾ ਤੁਸੀਂ ਮੈਨੂੰ ਇੱਦਾਂ ਦੇ ਸੰਸਕਾਰ ਨਹੀਂ ਦਿੱਤੇ ਕੀ ਕਰਾਂ ਪਤਾ ਨਹੀਂ ਕਿ ਕਦੋਂ ਕਿਸ ਵੇਲੇ ਮੈਂ ਉਹਦੇ ਪਿਆਰ ਵਿੱਚ ਨਹੀਂ ਹੋ ਗਈ ਪਰ ਮੰਮੀ ਜੀ ਬਹੁਤ ਵਧੀਆ ਮੁੰਡਾ
ਤੁਸੀਂ ਇੱਕ ਵਾਰੀ ਮਿਲ ਕੇ ਦੇਖੋ ਉਹਨੂੰ। ਪੁੱਤ ਮੇਰੀ ਗੱਲ ਸੁਣ, ਤੁਸੀਂ ਕਹਿ ਦਿੰਦੇ ਆਹ ਤੇਰਾ 2 ਮਹੀਨਿਆਂ ਦਾ ਪਿਆਰ ਹੋਊ, 4 ਦਾ ਹੋਊਗਾ, 6 ਦਾ ਹੋਊਗਾ, ਅਤੇ ਸਾਡੇ ਵੀ ਨਹੀਂ ਦੇਖ ਵੀ ਕਿੰਨੇ ਚੰਦਾ ਪਿਆਰ ਆ। ਉਹ ਪਿਆਰ ਪਿਆਰ ਨਹੀਂ ਹੁੰਦਾ, ਬਾਅਦ 'ਚ ਕਹਿ ਦਿੰਦੇ ਇਹ ਸਾਡਾ ਪਿਆਰ ਆ। ਸਾਨੂੰ ਕਿਰਨ ਦਾ ਕਹਿ ਕੇ ਦੇਖਦੀ, ਕਿਰਨ ਦਾ ਕਹਿੰਦੀ ਚੱਲ ਮੈਂ ਹਜੇ ਵੀ ਤੈਨੂੰ ਮੌਕਾ ਦਿੰਦਾ, ਉਹ ਮੁੰਡੇ ਨੂੰ ਘਰੇ ਬੁਲਾ ਅਤੇ ਅਸੀਂ ਹੱਸ ਕੇ ਤੇਰਾ ਰਿਸ਼ਤਾ ਉਹਦੇ ਨਾਲ ਕਰਾਂਗੇ। ਪੁੱਤ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੀ ਨਾ, ਉਹਨੂੰ ਕਦੇ ਵੀ ਭੁੱਲਿਆ ਨਹੀਂ ਆਖੀਦਾ। ਮੰਮੀ ਜੀ ਮੈਂ ਵਾਅਦਾ ਕਰਦੀ ਹਾਂ ਜੇ ਤੁਸੀਂ ਉਹਦੇ ਨਾਲ ਮੇਰਾ ਰਿਸ਼ਤਾ ਕਰ ਦੋਗੇ ਨਾ, ਮੈਂ ਕਦੇ ਵੀ ਇਹੋ ਜਿਹੀ ਗਲਤੀ ਨਹੀਂ ਕਰੂੰਗੀ, ਕਦੇ ਵੀ ਨਹੀਂ। ਪੁੱਤ ਤੈਨੂੰ ਸਾਡੇ 'ਤੇ ਇੰਨਾ ਵੀ ਨਹੀਂ ਵਿਸ਼ਵਾਸ ਸੀ, ਤੇਰੇ ਪਿਓ ਨੇ ਕਦੇ ਤੇਰਾ ਕਹਿਣਾ ਨਹੀਂ ਮੋੜਿਆ। ਦੇਖ ਪੁੱਤ ਜੇ ਤੈਨੂੰ ਵਿਸ਼ਵਾਸ ਆ ਤਾਂ ਸਾਡੇ ਨਾਲ ਅੰਦਰ ਚੱਲ, ਨਹੀਂ ਤੈਨੂੰ ਪਤਾ ਦਰਵਾਜ਼ਾ ਤਾਂ ਖੁੱਲ੍ਹਾ, ਤੂੰ ਜਾ ਸਕਦੀ ਹੈ। ਨਹੀਂ ਡੈਡੀ ਜੀ ਮੈਂ ਨਹੀਂ ਜਾਊਂਗੀ, ਪਰ ਨਹੀਂ ਜਾਊਂਗੀ। ਚੱਲ ਚੱਲ ਫਿਰ ਅੰਦਰ ਲੈ ਕੇ ਚੱਲ। ਚੱਲ ਮੇਰੀ ਧੀ ਆ ਜਾ ਕਰ ਲਈ। ਬਹਿ ਜਾ ਕੋਈ ਗੱਲ ਨਹੀਂ। ਪੁੱਤ ਰੋਂਦੀ ਕਿਉਂ ਹੈ? ਤੇਰੇ ਰੇੜੀ ਨੇ ਸਾਫ ਸਾਫ ਕਹਿਤਾ ਤੈਨੂੰ, ਹਾਲੇ ਵੀ ਕੋਈ ਮਨ 'ਚ ਸ਼ੰਕ ਹੈ ਤੇਰੇ? ਨਹੀਂ ਮੰਮੀ ਸ਼ੰਕਾ ਤਾਂ ਨਹੀਂ, ਪਰ ਤੁਹਾਨੂੰ ਇਹ ਸਭ ਪਤਾ ਕਿਵੇਂ ਲੱਗਿਆ? ਪੁੱਤ ਕਿਸੇ ਵੀ ਮਾਂ ਪਿਓ ਤੋਂ ਆਪਦੇ ਧੀ ਪੁੱਤ ਦੀ ਕੋਈ ਹਰਕਤ ਛੁਪੀ ਨਹੀਂ ਹੁੰਦੀ, ਇਸ ਲਈ। ਹੈਲੋ, ਹਾਂ ਹਾਂ ਦੁੱਧ ਤਾਂ ਗਰਮ ਹੋ ਗਿਆ ਯਾਰ, ਮੈਂ ਕਰੀ ਜਾਂਦੀ ਹੈਗੀ। ਮੈਨੂੰ ਪਤਾ ਕਿੰਨਾ ਡਰ ਲੱਗ ਰਿਹਾ ਗਾ, ਕਿੰਨਾ ਰਿਸਕੀ ਕੰਮ ਹੈਗਾ, ਤੂੰ ਤਾਂ ਕਹਿ ਤਾ ਆਹ ਕੰਮ ਕਰਦੀ, ਡਰ ਲੱਗਦਾ ਪਿਆ। ਤੇਰੇ ਕਹਿਣ 'ਤੇ ਕਰ ਰਹੀ ਹਾਂ ਸਾਰਾ ਕੁਛ। ਹਾਂ ਬਸ ਹੁਣ ਦੇ ਦੂੰਗੀ ਉਹਨਾਂ ਨੂੰ ਦੁੱਧ ਮੈਂ ਯਾਰ। ਇੱਕ ਤਾਂ ਅੱਗੇ ਮੈਨੂੰ ਡਰ ਲੱਗੀ ਜਾਂਦਾ, ਉੱਤੋਂ ਤੁਸੀਂ ਸਵਾਲ 'ਤੇ ਸਵਾਲ ਕਰੀ ਜਾਂਦੇ ਹੋ। ਚਲ ਠੀਕ ਹੈ, ਮੈਂ ਤਾਂ ਜਾਨੀ ਦੁੱਧ ਫੜਾਉਂਦੀ ਹਾਂ। ਓਕੇ ਹੱਦ ਹੁੰਦੀ ਹੈ ਜੀ, ਦੱਸ ਮੇਰੀ ਜਾਨ ਨਿਕਲਣ 'ਤੇ ਆਈ ਪਈ ਆ, ਮੈਨੂੰ ਸਮਝ ਨਹੀਂ ਆਉਂਦੀ ਪਈ। ਵਾਹਿਗੁਰੂ ਕੁਛ ਨੀ ਕੁਛ ਨੀ, ਸੁੱਖ ਆ ਬਸ। ਮੰਮੀ ਜੀ ਆ ਲਓ, ਡੈਡੀ ਜੀ ਦੁੱਧ ਪੀਓ ਤੁਸੀਂ ਗਰਮ ਗਰਮ। ਹਾਂ ਲਿਆ ਪੁੱਤ ਲਿਆ, ਮੇਰੀ ਧੀ ਦੁੱਧ ਲਿਆਈ ਆ। ਤੁਸੀਂ ਹਰ ਰੋਜ਼ ਕੰਮ ਕਰਦੇ ਰਹਿੰਦੇ ਹੋ, ਮੈਂ ਕਿਹਾ ਅੱਜ ਮੈਂ ਕਰਾਂ। ਚਲੋ ਠੀਕ ਹੈ ਮੰਮੀ ਪੀ ਲਿਓ, ਖੜ ਜੋ ਇੰਨੇ ਨਾ ਕਾਲੇ ਨਾ ਹੋਇਆ ਕਰੋ, ਗੱਲ ਸੁਣ ਲਿਆ ਕਰੋ ਕੋਈ। ਉਹ ਕਰਦਾ ਬਾਅਦ ਵਿੱਚ ਸੁਣ ਲੂਗਾ, ਆਖਿਆ ਦੁੱਧ ਦਾ ਕੰਮ ਨਿਬੜ ਜਾਂਦੇ। ਕੋਈ ਨਾ ਦੁੱਧ ਵੀ ਇੱਥੇ ਪਿਆ ਰਹੂ, ਕਿਤੇ ਨਹੀਂ ਜਾਂਦਾ।
ਮੈਂ ਤੁਹਾਨੂੰ ਗੱਲ ਦੱਸਣੀ ਸੀ। ਹਾਂ ਹਾਂ ਦੱਸ ਦੱਸ। ਕੰਮੋ ਨਾ ਦੁੱਧ ਆਪਾਂ ਨੂੰ ਐਵੇਂ ਨਹੀਂ ਗਰਮ ਕਰਕੇ ਲੈ ਕੇ, ਮੈਂ ਕਿਵੇਂ ਦੱਸਾਂ ਤੁਹਾਨੂੰ? ਮੈਨੂੰ ਦੱਸ ਦਿੰਦੀ, ਉਹ ਮੇਰਾ ਤਾਂ ਦਿਲ ਜਾ ਬੈਠਾ ਜਾਂਦਾ। ਕੀ ਗੱਲ ਹੋ ਗਈ ਇਹ ਜੀ? ਮੈਂ ਉੱਪਰੋਂ ਉੱਤਰੀ ਆ ਰਹੀ ਸੀ, ਆਹ ਗੱਲ ਸੀ ਜੀ, ਤਾਂ ਹੀ ਮੈਂ ਕਹਿੰਦੀ ਸੀ ਵੀ ਨਾ ਪੀਓ ਦੁੱਧ, ਰੱਖ ਦਿਓ। ਇਹ ਤਾਂ ਹੁਣ ਤੁਹਾਨੂੰ ਵੀ ਪਤਾ ਵੀ ਰਸਤਾ ਛੋੜ ਕੇ ਰਸਤਾ ਜਦੋਂ ਜਵਾਕ ਫੜ ਲੈਂਦਾ ਉਦੋਂ ਆਹ ਕੁਛ ਹੁੰਦਾ ਹੁੰਦਾ। ਇਹਨੇ ਆਹ ਤਾਂ ਸੋਚਣਾ ਸੀਗਾ ਵੀ ਇਹਨਾਂ ਨੇ ਕੀ ਨਹੀਂ ਕੀਤਾ ਮੇਰੇ ਲਈ, ਦੇਖੀ ਜਿਹੜੀ ਚੀਜ਼ ਮੰਗਦੇ ਸੀਗੇ ਉਹ ਤਾਂ ਮਿਲਣੀ ਮਿਲਣੀ ਸੀਗੀ, ਅਤੇ ਆਪਾਂ ਕਿਸੇ ਚੀਜ਼ ਦੀ ਘਾਟ ਨਹੀਂ ਰੱਖੀ। ਘਾਟ ਤਾਂ ਨਹੀਂ ਰੱਖੀ, ਪਰ ਹੁਣ ਵੀ ਮੈਂ ਇੱਕ ਗੱਲ ਕਹਿੰਦੀ ਹਾਂ ਤੁਹਾਨੂੰ ਵੀ ਹੁਣ ਵੀ ਤੁਸੀਂ ਇਸ ਮਸਲੇ ਨੂੰ ਪਿਆਰ ਨਾਲ ਹੀ ਹੈਂਡਲ ਕਰਿਓ, ਇਹ ਨਾ ਕਿ ਤੁਸੀਂ ਗੁੱਸੇ ਹੋਵੋ ਜਾਂ ਲੜਾਈ ਪੜਾਈ ਕਰੋ। ਮੈਨੂੰ ਪਤਾ ਵੀ ਤੁਸੀਂ ਠੰਡੇ ਦਿਮਾਗ ਨਾਲ ਸਾਰੇ ਮਸਲੇ ਦਾ ਹੱਲ ਕਰ ਲਓਗੇ। ਬਸ ਕੋਈ ਗੱਲ ਨਹੀਂ ਜੀ, ਆਹ ਗੱਲ ਆ, ਤੂੰ ਬਿਲਕੁਲ ਨਾ ਬੋਲੀ, ਤੂੰ ਦੇਖਦੀ ਚੱਲ ਹੁਣ ਅੱਗੇ ਅੱਗੇ ਮੈਂ ਕੀ ਕਰਦਾ। ਮੈਨੂੰ ਇਹੀ ਉਮੀਦ ਸੀ ਤੁਹਾਡੇ ਤੋਂ, ਪੈ ਜਾਓ। ਬਸ ਠੀਕ ਆ, ਗੱਲ ਇੱਥੇ ਹੀ ਨੱਪਦੇ ਬਸ। ਠੀਕ ਹੈ, ਇਹ ਤੇਰੇ ਅਤੇ ਮੇਰੇ ਵਿੱਚ ਹੀ ਰਹੇ। ਠੀਕ ਹੈ, ਉਹਨੂੰ ਤਾਂ ਐਂ ਲੱਗੇ ਵੀ ਉਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਗਾ। ਹਾਂ ਹਾਂ, ਬਸ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗੀ। ਬਸ ਠੀਕ ਹੈ, ਚੱਲ ਪੈ ਜਾਓ, ਹੁਣ ਟੈਨਸ਼ਨ ਨਾ ਲਓ। ਚੱਲ ਕੋਈ ਨਾ, ਫਿਕਰ ਨਾ ਕਰੋ, ਪੈ ਜਾਓ ਤੁਸੀਂ। ਉਹ ਪੈ ਤਾਂ ਜਾਂਦੇ ਆ, ਜੇ ਉਹ ਦੁਬਾਰੇ ਦੇਖਣ ਆ ਗਈ ਫਿਰ ਕੰਮ ਐਂ ਕਰ, ਇਹਨੂੰ ਤਾਂ ਇੱਥੇ ਪਾ ਦੇ, ਉਹਨੂੰ ਐਂ ਲੱਗੋ ਪੀ ਪੀ ਕੇ ਨਾ ਪੈ ਗਏ ਉਹ। ਹਾਂ ਗੱਲ ਆ, ਇਹ ਵੀ ਤੁਹਾਡੀ ਗੱਲ ਸਹੀ ਹੈ। ਦੇਖਣ ਦਾ ਉਹਨੇ ਜ਼ਰੂਰ ਆਉਣਾ ਹੈ। ਚਲ ਪੈ ਜਾਓ। ਪਤਾ ਨਾ ਲੱਗੇ ਨੂੰ ਬਿਲਕੁਲ ਵੀ ਨਹੀਂ। ਮਹਾ ਫਿਕਰ ਕਿਉਂ ਕਰਦੇ ਹੋ? ਹੌਲੀ ਹੌਲੀ ਬਸ, ਮੇਰੇ ਪਿੱਛੇ ਆਈ ਗੱਲ। ਅੱਛਾ ਮੰਮੀ ਜੀ, ਮਾਂ ਮੈਂ ਅਣਜਾਣੇ 'ਚ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ, ਜੇ ਤੁਸੀਂ ਨਾ ਹੁੰਦੇ ਸ਼ਾਇਦ ਅੱਜ ਬਹੁਤ ਕੁਛ ਗਲਤ ਹੋ ਜਾਣਾ ਸੀ। ਪੁੱਤ ਮੇਰੇ ਲਈ ਤਾਂ ਆਹੀ ਬਹੁਤ ਹੈ, ਨਾਲੇ ਤੇਰੇ ਡੈਡੀ ਲਈ ਵੀ ਤੈਨੂੰ ਆਪਦੀ ਕੀਤੀ ਗਲਤੀ ਦਾ ਪਛਤਾਵਾ ਹੈ। ਡੈਡੀ ਜੀ ਮੈਨੂੰ ਮਾਫ ਕਰ ਦਿਓ, ਡੈਡੀ ਜੀ
ਅੱਜ ਤੁਸੀਂ ਮੈਨੂੰ ਅਹਿਸਾਸ ਕਰਾਤਾ ਕਿ ਧੀਆਂ ਪੁੱਤ ਜਿਹੜੇ ਮਾਂ ਬਾਪ ਦੀ ਕਦਰ ਨਹੀਂ ਕਰਦੇ, ਪਰ ਮਾਂ ਬਾਪ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ। ਨਹੀਂ ਪੁੱਤ, ਇੱਥੇ ਤੂੰ ਵੀ ਗਲਤ ਆ। ਤੈਨੂੰ ਅੱਜ ਅਹਿਸਾਸ ਹੋਇਆ, ਅਸੀਂ ਤਾਂ ਤੈਨੂੰ ਬਹੁਤ ਪਹਿਲਾਂ ਕਰਾਉਣਾ ਚਾਹੁੰਦੇ ਸੀ। ਜਿੱਦੇ ਦੀ ਧੀ ਜੰਮ ਪੈਂਦੀ ਹੈ ਨਾ, ਅਤੇ ਮਾਂ ਪਿਓ ਤਾਂ ਉਦੋਂ ਹੀ ਅਹਿਸਾਸ ਕਰਾਉਣ ਲੱਗ ਜਾਂਦਾ ਵੀ ਮੇਰਾ ਧੀ ਪੁੱਤ ਗਲਤ ਰਾਹ ਨਾ ਪੈ ਜੇ। ਨਾਲੇ ਪੁੱਤ, ਸਿਆਣਿਆਂ ਦੀ ਕਹਾਵਤ ਹੈ, ਕਹਿੰਦੇ ਧੀ ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕਮਾਪੇ ਕਦੇ ਨਹੀਂ ਹੁੰਦੇ ਹੁੰਦੇ। ਪਰ ਇੱਕ ਗੱਲ ਹੋਰ, ਹਜੇ ਵੀ ਮੈਂ ਤੈਨੂੰ ਕਹਿਣਾ, ਕਿਹੜਾ ਮੁੰਡਾ ਤੂੰ ਕਹਿਣੀ ਆ ਉਹਨੂੰ ਘਰੇ ਬੁਲਾ, ਅਸੀਂ ਉਹਦੇ ਨਾਲ ਗੱਲ ਕਰਦੇ। ਠੀਕ ਹੈ ਡੈਡੀ ਜੀ, ਮੈਂ ਕੱਲ੍ਹ ਨੂੰ ਹੀ ਬੁਲਾ ਲੂੰਗੀ ਉਹਨੂੰ। ਸਾਨੂੰ ਕਿਹੜਾ ਮਲਾ, ਅਸੀਂ ਦੇਖੀਏ ਕੌਣ ਆ ਕੀ ਕਰਦਾ, ਫਿਰ ਹੀ ਸਾਨੂੰ ਪਤਾ ਲੱਗੂ, ਫਿਰ ਅਸੀਂ ਕੋਈ ਗੱਲ ਅਗਾਂਹ ਤੋਰਾਂਗੇ ਨਾ। ਠੀਕ ਹੈ ਡੈਡੀ ਜੀ, ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਕਰੂੰਗੀ, ਮੈਂ ਕੱਲ੍ਹ ਨੂੰ ਉਹਨੂੰ ਬੁਲਾ ਲੂੰਗੀ। ਦੇਖ ਪੁੱਤ, ਤੂੰ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ, ਇਹ ਤਾਂ ਰੱਬ ਦਾ ਸ਼ੁਕਰ ਹੈ ਮੈਨੂੰ ਪਤਾ ਲੱਗ ਗਿਆ। ਜੇ ਕਈ ਵਾਰੀ ਨਾ ਪਤਾ ਲੱਗੇ ਤਾਂ ਅਸੀਂ ਸਮਾਜ 'ਚ ਕੀ ਮੂੰਹ ਦਿਖਾਉਂਦੇ। ਤੇਰਾ ਪਿਓ ਇੱਕ ਨਿਕਲੀ ਅਤੇ ਉਹਦਾ ਪਿਓ ਵੱਜਦਾ, ਤੈਨੂੰ ਇਹ ਅਹਿਸਾਸ ਨਹੀਂ ਹੋਇਆ ਵੀ ਮੇਰਾ ਪਿਓ ਕਿੰਨੇ ਲੋਕਾਂ ਦੇ ਰੌਲੇ ਨਿਬੇੜਦਾ, ਕਿਵੇਂ ਜਾਊਗਾ, ਕਿਵੇਂ ਕਿਸੇ ਦੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰੋ, ਇੱਕ ਵਾਰ ਵੀ ਨਹੀਂ ਸੋਚਿਆ। ਸਾਨੂੰ ਅਗਲਾ ਕੀ ਕਹੂਗਾ, ਸਰਪੰਚ ਕੀ ਰੌਲਾ ਨਿਬੇੜ ਦੂਗਾ, ਉਹਦੀ ਤਾਂ ਆਪਦੀ ਧੀ ਇੱਥੇ ਆ ਕੇ ਖੜ ਜਾਂਦੀ ਹੈ, ਨਾਲੇ ਮੇਰੀ ਤਾਂ ਸਾਡਾ ਮੇਰਾ ਕੀ ਸੀਗਾ ਜੇ ਲੋਕ ਮੈਨੂੰ ਐਂ ਕਹਿੰਦੇ ਕੁਛ ਖਾ ਕੇ ਮਰ ਜਾਂਦਾ। ਤੂੰ ਦੇਖ ਵੀ ਤੇਰਾ ਕੀ ਬਣਦਾ, ਤੈਨੂੰ ਵੀ ਆਈ ਤਾਨੇ ਮਾਰਦੇ, ਅਗਲਾ ਕਹਿੰਦਾ ਨਿਕਲ ਕੇ ਆਈ ਹੈ, ਨਿਕਲ ਕੇ ਵੱਜਦੀ ਹੈ ਚਾਹੇ ਤੂੰ ਲੱਖ ਸਿਆਣੀ ਬਣ ਜੇ। ਪੁੱਤ, ਨਾਲੇ ਨਾ ਜਿਹੜੀਆਂ ਧੀਆਂ ਆਹ ਕਦਮ ਚੁੱਕਦੀਆਂ ਨੇ ਉਹਨਾਂ ਨੂੰ ਇਹ ਸਮਾਜ ਬਹੁਤ ਗੰਦੀ ਨਿਗਾਹ ਨਾਲ ਦੇਖਦੇ, ਜਿਉਣ ਨਹੀਂ ਦਿੰਦਾ ਪੁੱਤ, ਜਿਉਣ ਤਾਂ ਮਾਪੇ ਪੇਕੇ ਵਾਲਿਆਂ ਨੂੰ ਨਹੀਂ ਦਿੰਦੇ, ਫਿਰ ਤੂੰ ਤਾਂ ਕਿਹਦੀ ਵਿਚਾਰੀ ਹੁੰਦੀ, ਨਾਲੇ ਤੇਰੇ ਕੋਲ ਅਸੀਂ ਕਿਹੜੇ ਮੂੰਹ ਜਾਂਦੇ, ਸਾਨੂੰ ਤਾਂ ਜਿਉਂਦਿਆਂ ਨੂੰ ਮਾਰ ਜਾਂਦੀ ਨਾ ਤੂੰ। ਸ਼ੁਕਰ ਹੈ ਪਰਮਾਤਮਾ ਨੇ ਬਖਤ ਰਹਿੰਦੇ ਤੈਨੂੰ ਮਤ ਬਖਸ਼ਤੀ। ਮੰਮੀ ਜੀ, ਡੈਡੀ ਜੀ, ਜਿਵੇਂ ਤੁਸੀਂ ਕਹੋਗੇ ਹੁਣ ਮੈਂ ਉਵੇਂ ਕਰੂੰ। ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਪਤਾ ਨਹੀਂ ਮੈਂ ਕਿਹੜੇ ਨੇਰੇ 'ਚ ਤੁਰੀ ਫਿਰਦੀ ਸੀ। ਕੋਈ ਵੀ ਕੰਮ ਕਰਨਾ ਹੋਵੇ ਨਾ, ਬੱਚੇ ਨੇ ਪਹਿਲਾਂ ਆਪਣੇ ਮਾਂ ਅਤੇ ਪਿਓ ਬਾਰੇ ਸੋਚਣਾ ਚਾਹੀਦਾ, ਫਿਰ ਦੂਜਾ ਕਦਮ ਚੱਕਣਾ ਚਾਹੀਦਾ। ਪਰ ਤੂੰ ਇਹ ਗੱਲ ਤਾਂ ਸੋਚੀ ਨਹੀਂ, ਸਿੱਧਾ ਤੂੰ ਆਪਦੇ ਬੰਨੇ ਦੇਖ ਲਿਆ ਮੈਂ ਉਹਨੂੰ ਪਿਆਰ ਕਰਦੀ ਹਾਂ, ਬਸ ਮਾਂ ਪਿਓ ਦਾ ਕੋਈ ਪਿਆਰ ਹੀ ਨਹੀਂ ਹੁੰਦਾ, ਉਹਨੂੰ ਭੁੱਲ ਜਾਂਦਾ ਬੰਦਾ ਬਸ। ਮੈਂ ਦੱਸ ਕਮਲੀਏ, ਮੈਂ ਤੇ ਤੇਰੇ ਡੈਡੀ ਨੇ ਕਦੇ ਤੈਨੂੰ ਪਿਆਰ ਨਹੀਂ ਕੀਤਾ? ਨਹੀਂ ਮੰਮੀ, ਤੇਰੇ ਤੇ ਡੈਡੀ ਤੋਂ ਬਿਨਾਂ ਤਾਂ ਮੈਨੂੰ ਕੋਈ ਵੀ ਨਹੀਂ ਜ਼ਿਆਦਾ ਪਿਆਰ ਕਰਦਾ, ਪਰ ਪਤਾ ਨਹੀਂ ਕੀ ਦਿਮਾਗ 'ਤੇ ਠੀਕਰਾ ਮੁੱਦਾ ਵੱਜ ਗਿਆ ਸੀ। ਦੇਖ ਕੰਮੋ, ਰੋਣਾ ਬੰਦ ਕਰ ਦੇ ਪੁੱਤ, ਤੂੰ ਰੋਂਦੀ ਸਾਤੋਂ ਵੀ ਨਹੀਂ ਚੱਲੀ ਜਾਂਦੀ। ਮੇਰੇ ਲਈ ਤਾਂ ਇਹੀ ਬਹੁਤ ਹੈ ਕਿ ਮੇਰੀ ਧੀ ਵਾਪਸ ਆ ਗਈ। ਚੱਲ ਮਾਂ, ਕੋਈ ਗੱਲ ਨਹੀਂ, ਮੈਂ ਸਵੇਰੇ ਉਹਨੂੰ ਬੁਲਾਊਂਗੀ, ਤੁਸੀਂ ਗੱਲ ਕਰ ਲਿਓ। ਜ਼ਰੂਰ ਪੁੱਤ, ਮੈਂ ਤਾਂ ਪਹਿਲਾਂ ਕਹਿ ਕੇ ਹਟੀ ਹਾਂ, ਤੇਰੇ ਡੈਡੀ ਨੇ ਵੀ ਕਿਹਾ ਵੀ ਸਾਨੂੰ ਤੂੰ ਦੱਸ ਦਿੰਦੀ ਇੱਕ ਵਾਰ, ਆਹ ਕਦਮ ਚੱਕਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ। ਨਾਲੇ ਪੁੱਤ, ਜਿਹੜੇ ਮਾਪੇ ਬੱਚਿਆਂ ਦਾ ਸਾਥ ਨਹੀਂ ਦਿੰਦੇ ਨਾ, ਉਹ ਬੱਚੇ ਇਹ ਕਦਮ ਚੱਕਦੇ ਹੁੰਦੇ ਨੇ, ਨਾਲੇ ਮੈਂ ਅਤੇ ਤੇਰੀ ਡੈਡੀ ਨੇ ਤਾਂ ਤੇਰਾ ਕਦਮ ਕਦਮ 'ਤੇ ਸਾਥ ਦਿੱਤਾ। ਬਸ ਮੇਰਾ ਪੁੱਤ, ਰੋਣਾ ਨਹੀਂ, ਤੂੰ ਤਾਂ ਮੇਰਾ ਸ਼ੇਰ ਬੱਚਾ ਹੈ, ਪੁੱਤ ਹੈ ਮੇਰਾ। ਕੋਈ ਨਹੀਂ, ਇਹਨੂੰ ਐਂ ਕਹਿ ਰੋਟੀ ਖਵਾ ਦੇ, ਕਿ ਤਾਂ ਖਾਧੀ ਹੋਊ ਕਿ ਨਾ ਖਾਧੀ ਹੋਊ। ਬੋਲ ਪੁੱਤ, ਰੋਟੀ ਖਾਧੀ ਸੀ? ਚੱਲ ਫਿਰ ਐਂ ਕਰ, ਹੁਣ ਆਪਾਂ ਦੁੱਧ ਗਰਮ ਕਰਕੇ ਪੀਵਾਂਗੇ, ਤੇਰੇ ਡੈਡੀ ਨੇ ਵੀ ਨਹੀਂ ਪੀਤਾ। ਹਾਂ ਹੁਣ ਕੋਲ ਮੈਂ ਘੱਟ ਪਾਈ। ਚੱਲ ਉਹ ਹੁਣ ਕਿਉਂ ਰੋਂਦੀ ਆ ਕਮਲੀ? ਚੱਲ।
ਚੱਕੀ ਨੰਬਰਾਂ ਲਾਈ ਜਾਣ ਦੇ ਕੀ ਹੈ ਯਾਰ ਤੈਨੂੰ ਅਕਲ ਨੀ ਆਉਂਦੀ ਬਾਰ ਬਾਰ ਫੋਨ ਕਰੀ ਜਾਂਦੀ ਹੈਗੀ ਕੀ ਗੱਲ ਸੁਣ ਲਓ ਤੇਰੀ ਬਸ ਯਾਰ ਮੈਂ ਕੋਈ ਖੁਸ਼ੀ ਨੀ ਗੀ ਮੈਨੂੰ ਫੋਨ ਨਾ ਕਰੀ ਠੀਕ ਹੈ ਮੈਂ ਕੁੱਤਾ ਨੀ ਹੈਗਾ ਬਸ ਯਾਰ ਮੈਨੂੰ ਫੋਨ ਨਾ ਕਰ ਬਸ ਯਾਰ ਤੂੰ ਚੰਗੀ ਕੀਤੀ ਮੇਰੇ ਨਾਲ ਤੁਹਾਡੇ ਘਰ ਦੇ ਡੈਡੀ ਤੇਰਾ ਸਰਪੰਚ ਆ ਛਿੱਤਰ ਨਾ ਪਵਾ ਦਿਓ ਕਿਸੇ ਤੋਂ ਨਹੀਂ ਪਵਾਉਂਦਾ ਗੱਲ ਹੋ ਜੂਗੀ ਆਪਣਾ ਵਿਆਹ ਯਾਰ ਮੈਂ ਨੀ ਆਉਂਦਾ ਠੀਕ ਆ ਤੂੰ ਮੇਰੇ ਨਾਲ ਰਾਤ ਨੀ ਚੰਗੀ ਕੀਤੀ ਜਦੋਂ ਤੂੰ ਮੇਰੇ ਨਾਲ ਚੱਲ ਠੀਕ ਆ ਕੋਈ ਨਾ ਆ ਜਾਂਦਾ ਮੈਂ ਕਿੰਨੇ ਵਜੇ ਬੁਲਾਇਆ ਬਸ ਜੁੰਮੇ ਵਾਰੀ ਤੇਰੀ ਹੋਊਗੀ ਠੀਕ ਆ ਚੰਗੇ ਮਾੜੇ ਚੱਲ ਠੀਕ ਆ ਯਾਰ ਫੋਨ ਕੱਟ ਪਹਿਲਾਂ ਤਾਂ ਮੈਂ ਤੇਰੇ ਤੇ ਅੱਕਿਆ ਪਿਆ ਮੈਂ ਆ ਜਾਊਂਗਾ ਬਸ ਜ਼ਮੀਨ ਜਾਇਦਾਦ ਕਿੰਨੀ ਕੁ ਹੈ ਜ਼ਮੀਨ ਜਾਇਦਾਦ ਤਾਂ ਹੈ ਨੀ ਜੀ ਵੇਚਤੀ ਸੀਗੀ ਪਹਿਲਾਂ ਬਾਪੂ ਨੇ ਹੁਣ ਤਾਂ ਮੈਂ ਇਕੱਲਾ ਹੀ ਹਾਂ ਬਸ ਵੇਚ ਤਾਂ ਦਿੱਤੀ ਸੀ ਫਿਰ ਕੱਲ ਨੂੰ ਫਿਰ ਵਿਆਹ ਕਰਨ ਵਾਲੇ ਸੁਪਨੇ ਤਾਂ ਲੈ ਜਾਂਦਾ ਗਾ ਤੇ ਕੱਲ ਨੂੰ ਮੇਰੀ ਧੀ ਦੇ ਤਾਂ ਖਰਚੇ ਬਹੁਤਾ ਚੱਲ ਪਹਿਲਾਂ ਤਾਂ ਜ਼ਮੀਨ ਸੀਗੀ ਸਾਡੇ ਕੋਲ ਟਾਈਮ ਪਾਸ ਹੋ ਜਾਂਦਾ ਸੀ ਹੁਣ ਤਾਂ ਅਸੀਂ ਭਤੀਜੇ ਨੂੰ ਰੱਖ ਲਿਆ ਸਾਰੀ ਜ਼ਮੀਨ ਜਾਇਦਾਦ ਅਸੀਂ ਉਹਦੇ ਨਾਂ ਲਵਾ ਤੀ ਕੱਲ ਨੂੰ ਫਿਰ ਇਹਦੇ ਖਰਚੇ ਚੱਕ ਲੇਗਾ ਦੇਖ ਪੁੱਤ ਹਰ ਇੱਕ ਬੰਦੇ ਨੂੰ ਨਾ ਕੁਛ ਤਾਂ ਕੰਮ ਕਰਨਾ ਪੈਂਦਾ ਹੁਣ ਨਾ ਤਾਂ ਕੰਮੋ ਕੰਮ ਕਰਦੀ ਕੋਈ ਅਤੇ ਨਾ ਹੀ ਤੂੰ ਕਰਦਾ ਅਤੇ ਫਿਰ ਤੁਹਾਡਾ ਸਿਸਟਮ ਘਰ ਦਾ ਕਿਵੇਂ ਚੱਲੂਗਾ ਸਿਸਟਮ ਚਲਾਉਣ ਖਾਤਰ ਤਾਂ ਇਹਦੇ ਨਾਲ ਪਿਆਰ ਕੀਤਾ ਸੀ ਮੈਂ ਇਹ ਤੁਸੀਂ ਕੀ ਕਹੀ ਜਾਂਦੇ ਹੋ ਆ ਤਾਂ ਤੁਸੀਂ ਡਰਾਮਾ ਹੀ ਨਵਾਂ ਸ਼ੁਰੂ ਕਰ ਲਿਆ ਸਨੀ ਦਿਮਾਗ ਸੈੱਟ ਆ ਮੰਮੀ ਡੈਡੀ ਦਾ ਗੱਲ ਕਰ ਸੈੱਟ ਆ ਤੇਰਾ ਨਹੀਂ ਸੈੱਟ ਇੱਕ ਮਿੰਟ ਇੱਕ ਮਿੰਟ ਤੂੰ ਤਾਂ ਮੈਨੂੰ ਝੂਠ ਮਾਰਤਾ ਨਾ ਗੱਲ ਸੁਣ ਪੁੱਤ ਇਹ ਪਿਆਰ ਹੁੰਦੇ ਜਿਹੜੇ ਡਰਾਮੇ ਨਹੀਂ ਹੁੰਦੇ ਪਿਆਰ ਤਾਂ ਸੱਚੇ ਮਨੋਂ ਹੁੰਦਾ ਨਾ ਨਹੀਂ ਹੁੰਦਾ ਤਾਂ ਸੱਚੇ ਮਨੋਂ ਆ ਜੀ ਜਦੋਂ ਇਹਦੇ ਕੋਲ ਜ਼ਮੀਨ ਹੀ ਹੈ ਨਹੀਂ ਕਿਹੜਾ ਵਿਆਹ ਫਿਰ ਇੱਥੇ ਥੋੜੀਆਂ ਫਿਰਦੀਆਂ ਤਿਆਰ ਗਈਆਂ ਇੱਦੋਂ ਸੋਹਣੀਆਂ ਮਿਲ ਜਾਣਗੀਆਂ ਸਨੀ ਤੂੰ ਕੀ ਕਹੀ ਜਾਂਦਾ ਗਾ ਇੱਕ ਮਿੰਟ ਪੁੱਤ ਮੈਂ ਤੈਨੂੰ ਕਹਿ ਦਾਂ ਮੈਂ ਤੁਹਾਨੂੰ ਸਾਰਾ ਕੁਝ ਮੈਂ ਕਲੀਅਰ ਕਰ ਦੂੰਗਾ ਅੱਛਾ ਹੋਰ ਦੱਸੋ ਹੋਰ ਤੁਹਾਡੇ ਮਨ 'ਚ ਕੀ ਚੱਲੀ ਜਾਂਦਾ ਮਨ 'ਚ ਤਾਂ ਮੇਰੇ ਇਹੀ ਆ ਜੇ ਜ਼ਮੀਨ ਹੈ ਨਹੀਂ ਇਹਦੇ ਨਾਲ ਮੈਂ ਨਹੀਂ ਵਿਆਹ ਵੂਹ ਕਰਾਉਂਦਾ ਆਪਦਾ ਜਿੱਥੇ ਮਰਜ਼ੀ ਕਰ ਲਿਆ ਕਰਾ ਲਿਆ ਆਪਦਾ ਮੈਂ ਚੱਲਿਆ ਆਪਦਾ ਕੋਈ ਹੋਰ ਦੇਖ ਲਓ ਅਤੇ ਇਹੋ ਜਿਹਾ ਦੇਖਣਾ ਨਾਲੇ ਤੇਰੇ ਵਰਗੀਆਂ ਤਾਂ ਮੈਨੂੰ ਇੱਥੇ ਤੁਰੇ ਜਾਂਦੇ ਨੂੰ ਦਸ ਮਿਲ ਜਾਣਗੀਆਂ ਹਾਂ ਦੇਖ ਲਾ ਪੁੱਤ ਇਹ ਦੇਖ ਪਿੱਛੇ ਲੱਗ ਕੇ ਤੂੰ ਆਦਾ ਇੱਕ ਮਿੰਟ ਕਾਕਾ ਗੱਲ ਸੁਣ ਕੇ ਜਾ ਜੀ ਧੰਨਵਾਦ ਤੁਹਾਡਾ ਤੇ ਧੰਨਵਾਦ ਇੱਕ ਮਿੰਟ ਕੋਈ ਨਾ ਪੁੱਤ ਇਹ ਤਾਂ ਮੈਂ ਤੈਨੂੰ ਪਰਖਦਾ ਸੀ ਜਿਹੜੀ ਜ਼ਮੀਨ ਆ ਨਾ ਸਾਰੀ ਇਹਦੇ ਨੋਈ ਕਰਾਈ ਦੀ ਸਾਡੀ ਕੋਈ ਅਸੀਂ ਭਤੀਜਾ ਨਹੀਂ ਰੱਖਿਆ ਮੈਂ ਤਾਂ ਦੇਖਦਾ ਸੀ ਤੂੰ ਕਿੰਨੇ ਕੁ ਪਾਣੀ 'ਚ ਹੈ ਆਹੋ ਇਹ ਤਾਂ ਸਾਡੇ ਕਾਬਲ ਹੈਗਾ ਕਹੇ ਨਹੀਂ ਮੇਰੀ ਧੀ ਦੇ
ਬਸ ਸਾਨੂੰ ਪਤਾ ਲੱਗ ਗਿਆ ਕੰਮੋ ਬੇਇੱਜ਼ਤੀ ਕਰਨ ਨੂੰ ਨਹੀਂ ਸੱਦਿਆ ਸੀ ਮੈਨੂੰ ਆ ਦੇਖ ਲੈ ਹੁਣ ਅੱਛਾ ਆਪਦੇ ਬਾਰੇ ਬੇਇੱਜ਼ਤੀ ਮਹਿਸੂਸ ਹੋਈ ਮੈਂ ਜਦੋਂ ਮੈਨੂੰ ਨੀਂਦ ਦੀਆਂ ਗੋਲੀਆਂ ਫੜਾ ਕੇ ਗਿਆ ਸੀ ਉਦੋਂ ਨਹੀਂ ਸੋਚਿਆ ਵੀ ਉਹ ਵੀ ਕਿਸੇ ਦੇ ਧੀ ਆ ਇਹ ਤਾਂ ਮੇਰੇ ਮੰਮੀ ਡੈਡੀ ਦੇ ਮੇਰੇ ਤੇ ਅਹਿਸਾਨ ਆ ਜਿਹੜਾ ਮੈਨੂੰ ਘਰੇ ਰੱਖੀ ਬੈਠੇ ਨੇ ਨਹੀਂ ਤੂੰ ਤਾਂ ਮੇਰੀ ਜ਼ਿੰਦਗੀ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਸੀ ਛੱਡੀ ਉਹ ਇਹ ਤਾਂ ਮੈਂ ਮਜ਼ਾਕ ਕਰੀ ਜਾਂਦਾ ਸੀਗਾ ਪੁੱਤਰ ਮੇਰੀ ਗੱਲ ਸੁਣ ਦੇਖ ਇਹ ਕੋਈ ਮਜ਼ਾਕ ਨਹੀਂ ਹੁੰਦਾ ਤੇਰੇ ਵਰਗੇ ਮੁੰਡੇ ਨਾ ਹਰੇਕ ਅਣਜਾਣ ਕੁੜੀ ਦੀ ਜ਼ਿੰਦਗੀ ਨਾਲ ਖੇਡਦੇ ਨੇ ਮੇਰਾ ਪੁੱਤਰ ਮੇਰੀ ਬੇਨਤੀ ਹੈ ਤੇਰੇ ਮੂਹਰੇ ਘਰੇ ਵੀ ਕਿਸੇ ਦੇ ਜਜ਼ਬਾਤਾਂ ਨਾਲ ਨਹੀਂ ਖੇਡੀਦਾ ਜਾ ਚੱਲ ਜਾ ਮਜ਼ਾਕ ਤੇਰਾ ਕੀਤਾ ਹੋਇਆ ਨਾ ਮੈਨੂੰ ਬਹੁਤ ਵਧੀਆ ਲੱਗਿਆ ਜਾ ਸਾਡੇ ਘਰੋਂ ਦਫਾ ਹੋ ਜਾ ਕੰਮੋ ਮੈਨੂੰ ਮਾਫ਼ ਕਰ ਦੇ ਮੈਂ ਤਾਂ ਮਜ਼ਾਕ ਕਰੀ ਜਾਂਦਾ ਸੀਗਾ ਨਾ ਨਾ ਨਹੀਂ ਨਹੀਂ ਤੂੰ ਸੱਚੋ ਹੀ ਮਜ਼ਾਕ ਕਰਦਾ ਸੀ ਨਾ ਜੇ ਮਜ਼ਾਕ ਕਰਦਾ ਸੀ ਨਾ ਇਹਨੂੰ ਕੱਲ੍ਹ ਨੂੰ ਮਜ਼ਾਕ 'ਚ ਹੀ ਰਹਿਣ ਦੇ ਆਪਦਾ ਪਿਆਰ ਸਾਂਭ ਕੇ ਰੱਖ ਕੰਮੋ ਤੂੰ ਦਫਾ ਹੋ ਜਾ ਬਸ ਚੰਗੀ ਨਹੀਂ ਕੀਤੀ ਮੇਰੇ ਨਾਲ ਚੰਗੀ ਕਿਹਨੇ ਕੀਤੀ ਆ ਅਤੇ ਕਿਹਨੇ ਨਹੀਂ ਕੀਤੀ ਸਾਨੂੰ ਸਾਰੇ ਪਤਾ ਗਾ ਦੇਖ ਪੁੱਤ ਇਹਦੇ ਪਿੱਛੇ ਲੱਗ ਕੇ ਤੂੰ ਸਾਡੇ ਪਿਆਰ ਨੂੰ ਭੁੱਲਦੀ ਸੀ ਉਹੀ ਗੱਲ ਆ ਨਾ ਜਿਹੜਾ ਕਹਿੰਦੇ ਹੁੰਦੇ 20 ਸਾਲ 15 ਸਾਲ ਪਾ ਪਲੋਸ ਕੇ ਵੱਡੀ ਕਰਦਾ ਗਾ ਉਹਨੂੰ ਤਾਂ ਅਗਲਾ ਭੁੱਲ ਜਾਂਦਾ ਗਾ ਜਿਹੜਾ ਆਹ ਮਹੀਨੇ ਦਾ ਚਾਹੇ 2 ਮਹੀਨੇ ਪਿਆਰ ਹੁੰਦਾ ਇਹਨੂੰ ਕਹਿੰਦੇ ਨਾ ਅਸੀਂ ਪਿਆਰ ਕਰ ਲਿਆ ਜੇ ਅੱਜ ਆਹ ਇਹਨੂੰ ਭਾਵੇਂ ਪਹਿਲਾਂ ਦੱਸਦਾ ਜ਼ਮੀਨ ਆ ਫਿਰ ਤਾਂ ਵਿਆਹ ਕਰਾ ਲੈਂਦਾ ਜਦੋਂ ਉਹਨੂੰ ਐਂ ਕਹਿਤਾ ਵੀ ਹੈ ਹੀ ਨਹੀਂ ਗੀ ਉਹ ਦੇਖ ਲਾ ਛੱਡ ਕੇ ਵਗ ਗਿਆ ਉਹ ਤਾਂ ਗੱਲ ਹੈ ਡੈਡੀ ਜੀ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਵੀ ਫੋਨ ਤੇ ਉਹਨੂੰ ਕੁਛ ਨਾ ਦੱਸੀ ਮੈਂ ਉਦਾਂ ਹੀ ਕੀਤਾ ਸੀ ਸ਼ਾਇਦ ਜੇ ਮੈਂ ਕੋਈ ਗਲਤ ਕਦਮ ਚੱਕ ਲੈਂਦੀ ਮੇਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਉਹਨੇ ਤੈਨੂੰ ਉਹਨਾਂ ਚੱਕ ਹੀ ਰੱਖਣਾ ਸੀਗਾ ਜਿੰਨਾ ਚੱਕ ਤੇਰੇ ਕੋਲ ਜ਼ਮੀਨ ਸੀਗੀ ਅਤੇ ਬਾਅਦ ਦੇ ਵਿੱਚ ਤੈਨੂੰ ਪਤਾ ਹੀ ਆ ਦੱਸਣ ਦੀ ਮੈਨੂੰ ਲੋੜ ਹੀ ਨਹੀਂ ਚਲੋ ਜੀ ਹੁਣ ਤੁਸੀਂ ਵੀ ਬਾਲਾ ਹੋਣਾ ਕਰੋ ਮਤਲਬ ਕੀਤੇ ਨਹੀਂ ਗਾ ਮੈਂ ਤਾਂ ਜਿਹੜਾ ਕੁਛ ਕਰਦਾ ਤੈਨੂੰ ਪਤਾ ਹੀ ਆ ਅੱਜ ਧੀ ਖਾਤਰ ਹੀ ਕਰਦਾ ਹੁਣ ਬਸ ਇਹਨੂੰ ਆਪੇ ਪਤਾ ਲੱਗ ਗਿਆ ਅੱਗੇ ਦੀ ਮਰਜ਼ੀ ਹੈ ਪਤਾ ਲੱਗ ਗਿਆ ਉਹ ਰੋਈ ਜਾਂਦੀ ਹੈ ਉਹਨੂੰ ਬਰਿਆ ਵੀ ਲਓ ਹੋਣਾ ਮਾਫ਼ ਕਰ ਦਿਓ ਮੈਂ ਅੱਜ ਤੋਂ ਬਾਅਦ ਨਹੀਂ ਕੋਈ ਗਲਤੀ ਕਰਦੀ ਚੱਲ ਮੈਂ ਤਾਂ ਕਹਿਣਾ ਹਰ ਧੀ ਨੂੰ ਐਂ ਸੋਚਣਾ ਚਾਹੀਦਾ ਆਪਣੇ ਮਾਂ ਅਤੇ ਪਿਓ ਦੀ ਮੰਨਣੀ ਚਾਹੀਦੀ ਹੈ ਜਿੱਥੇ ਮਾਂ ਪਿਓ ਵਿਆਹੁੰਦਾ ਉੱਥੇ ਧੀ ਨੂੰ ਵਿਆਹ ਕਰਾ ਲੈਣਾ ਚਾਹੀਦਾ ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀ ਮੈਂ ਇੱਥੇ ਪਿਆਰ ਕਰਦੀ ਹਾਂ ਜੇ ਐਂ ਕਰਦੀ ਹਾਂ ਬਾਅਦ 'ਚ ਤੁਹਾਨੂੰ ਪਤਾ ਹੀ ਹੈ ਜਿਵੇਂ ਹੁਣ ਇਸ ਲੋਟ ਹੋਇਆ ਨਾ ਸਭ ਨਾਲ ਐਂ ਹੋਊਗਾ ਦੇਖ ਕੰਮ ਹੁਣ ਤੇਰੇ ਮੂਹਰੇ 2 ਆਪਸ਼ਨ ਨੇ ਪੁੱਤ ਜੇ ਤਾਂ ਵਿਆਹ ਕਰਾਉਣਾ ਤਾਂ ਤੇਰਾ ਡੈਡੀ ਤੇਰੇ ਪਸੰਦ ਦਾ ਰਸਤਾ ਲੱਭੂਗਾ ਜੇ ਤਾਂ ਬਾਹਰ ਜਾਣਾ ਤੈਨੂੰ ਉੱਥੇ ਵੀ ਤੋਰਾਂਗੇ ਪੁੱਤ ਨਹੀਂ ਬਸ ਮੰਮੀ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਕੋਲ ਰਹੂੰਗੀ ਮੈਂ ਇੱਥੇ ਰਹਿ ਕੇ ਪੜ੍ਹਾਈ ਕਰੂੰਗੀ ਜਿੰਨਾ ਮੇਰਾ ਦਿਲ ਕਰੂ ਚੰਗਾ ਪੁੱਤ ਸ਼ਾਬਾਸ਼ ਤੇਰੇ ਵਰਗੀ ਸੋਚ ਹਰ ਇੱਕ ਧੀ ਦੀ ਬਣ ਜੀ ਸਾਰਾ ਸਮਾਜ ਹੀ ਸੁਧਰ ਜੇ ਹਾਂਜੀ ਦੋਸਤੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤੁਸੀਂ ਆਪਣੀ ਹੁਣੇ ਹੁਣੇ ਵੀਡੀਓ ਵੇਖੀ ਆ ਵੀਡੀਓ ਇੱਕ ਬਹੁਤ ਹੀ ਸੋਹਣੀ ਵੀਡੀਓ ਸੀ ਮੈਸੇਜ ਵਾਲੀ ਕਿ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਹਾਂ ਲਵ ਮੈਰਿਜ ਕਰਵਾ ਲੈਂਦੀਆਂ ਕੁੜੀਆਂ ਅੱਜ ਕੱਲ੍ਹ ਤਾਂ ਪਿੰਡਾਂ ਦੇ ਵਿੱਚ ਹੀ ਇਹ ਸਾਰਾ ਕੁਛ ਚੱਲਣ ਲੱਗ ਗਿਆ ਹੈ ਨਾ ਵੀ ਪਿੰਡਾਂ ਦੇ ਵਿੱਚ ਹੀ ਵਿਆਹ ਕਰਵਾ ਲੈਂਦੇ ਆ ਪਰ ਕਿਤੇ ਨਾ ਕਿਤੇ ਆਪਾਂ ਇਹ ਨਹੀਂ ਸੋਚਦੇ ਵੀ ਜਿਹਨੇ ਯਾਰ ਸਾਨੂੰ ਪਾਲ ਪੋਸ ਕੇ ਵੱਡਾ ਕੀਤਾ ਸਾਡੀ ਹਰ ਮਤਲਬ ਕਿ ਖੁਸ਼ੀ ਦਾ ਖਿਆਲ ਰੱਖਿਆ ਮਾਂ ਬਾਪ ਦਿਹਾੜੀਆਂ ਕਰਕੇ ਵੀ ਆਪਦੇ ਬੱਚਿਆਂ ਨੂੰ ਪਾਲਦੇ ਨੇ ਅਸੀਂ ਉਹਨਾਂ ਦੇ ਪਿਆਰ ਨੂੰ ਠੁਕਰਾ ਕੇ ਅਸੀਂ ਕਿਸੇ ਦੂਜੇ ਨਾਲ ਤੁਰ ਪੈਂਦੇ ਹਾਂ ਠੀਕ ਹੈ ਪਿਆਰ ਹੋ ਜਾਂਦਾ ਪਰ ਇੱਕ ਦੂਜੇ ਨੂੰ ਪਰਖੋ ਸਮਝੋ ਕਿ ਤੁਹਾਡੇ ਨਾਲ ਉਹ ਜ਼ਿੰਦਗੀ ਬਿਤਾਉਣ ਦੇ ਕਾਬਿਲ ਹੈਗਾ ਵੀ ਹੈ ਜਾਂ ਨਹੀਂ ਵੀ ਇੱਕਦਮ ਇਹ ਨਾ ਹੋਵੋ ਵੀ ਜੋ ਵੀ ਅਗਲਾ ਕਹਿੰਦਾ ਗਾ ਉਹਦੀਆਂ ਸਾਰੀਆਂ ਸ਼ਰਤਾਂ ਪਿਆਰ ਚੰਨੇ ਹੋ ਕੇ ਮੰਨੀ ਜਾਓ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਖਿਆਲ ਰੱਖੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ
ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਹੁਤ ਬਹੁਤ ਧੰਨਵਾਦ। ਤੇ ਬਾਕੀ ਜੇ ਇਹ ਪਾਰਟ ਨੂੰ ਤੁਸੀਂ ਪਿਆਰ ਦਿੱਤਾ ਅਸੀਂ ਇਹਦਾ ਸੈਕੰਡ ਪਾਰਟ ਵੀ ਜ਼ਰੂਰ ਕਰਾਂਗੇ। ਬਾਕੀ ਇਹ ਵੀਡੀਓ ਦੇ ਰਿਸਪੌਂਸ ਤੇ ਆ। ਇੱਕ ਤੁਹਾਨੂੰ ਹੋਰ ਗੱਲ ਕਹਿਣੀ ਚਾਹੁੰਦੇ ਹਾਂ, ਕੋਈ ਵੀ ਕੰਮ ਕਰਦੇ ਨਾ ਆਪਾਂ ਨੂੰ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕਰਨਾ ਚਾਹੀਦਾ। ਇੱਕ ਬਾਈ ਸਾਨੂੰ ਕਮੈਂਟਾਂ 'ਚ ਕਹਿ ਦਿੰਦੇ ਆ ਵੀ ਕੰਮੋਂ ਪਹਿਲਾਂ ਘਰ ਵਾਲੀ ਸੀਗੀ ਫਿਰ ਧੀ ਬਣਾਲੀ, ਇਹ ਸਾਡੇ ਕਰੈਕਟਰ ਹੁੰਦੇ ਆ ਅਤੇ ਸਾਨੂੰ ਇਹ ਕਰਨੇ ਪੈਂਦੇ ਆ, ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਹਾਂ।